You're listening to CNN Toronto, Chawla News Network Toronto. 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਤੁਸੀਂ ਸੁਣ ਰਹੇ ਹੋ। ਭਾਊ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਨਾਲ ਗੱਲਬਾਤ ਰੰਗਲਾ ਪੰਜਾਬ ਦੇ ਵਿੱਚ ਕਰਾਂਗੇ। ਸਟੂਡੀਓ ਦਾ ਨੰਬਰ ਰਹੇਗਾ 905-813-1320-9051-3132-0। ਇਹਨਾਂ ਨੰਬਰਾਂ 'ਤੇ ਤੁਸੀਂ ਪੱਟੀ ਸਾਹਿਬ ਨਾਲ ਗੱਲਬਾਤ ਕਰ ਸਕੋਗੇ। ਰੰਗਲਾ ਪੰਜਾਬ ਦਾ ਸਵੇਰ ਦਾ ਮਹਿਫਲ, ਇਸ ਵਕਤ ਤੁਸੀਂ ਉਹਦਾ ਆਨੰਦ ਮਾਣ ਰਹੇ ਹੋ 9 ਤੋਂ 12 ਵਜੇ ਤੱਕ, ਰਾਤ ਨੂੰ 8 ਤੋਂ 10, ਦੁਪਹਿਰੇ 2 ਤੋਂ 3, ਸੈਟਰਡੇ 3 PM to 5 PM, ਸੰਡੇ 1 to 3। ਪੱਟੀ ਸਾਹਿਬ ਜੁੜ ਚੁੱਕੇ ਨੇ, ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਸਟੂਡੀਓ ਦੇ ਵਿੱਚ ਨੰਬਰ 905-813-1320, ਐਡਵਰਟਾਈਜ਼ਮੈਂਟ ਕਰਵਾਉਣ ਵਾਸਤੇ 416-716-7794। ਸੁਣ ਚੁੱਕੇ ਹੋ ਤੁਸੀਂ ਕਿ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਦੇ ਵਿੱਚ ਰਾਹਤ ਦਿੱਤੀ ਗਈ ਹੈ, ਅਰਸ਼ਨਾ ਨੇ ਵੀ ਦੱਸਿਆ ਹੈ, ਔਰ ਹਿੰਦੀ ਸਮਾਚਾਰ ਦੇ ਵਿੱਚ ਅੰਜੂ ਜੀ ਵੀ ਕਵਰ ਕਰਨਗੇ। ਮੈਂ ਵੀ ਦੱਸ ਚੁੱਕਾ ਕਿ 54 ਦਾ ਫਾਇਦਾ ਹੋਇਆ। 54 ਬਹੁਤ ਵੱਡੀ ਰਾਹਤ ਦੇਣ ਦੀ ਹੈ, ਔਰ 54 ਪਹਿਲਾਂ ਮਿਲ ਗਈ ਹੈ, 54 ਹੁਣ ਮਿਲ ਗਈ। ਉਹ ਚਾਈਨੀਜ਼ ਕਹਾਵਤ ਹੈ ਨਾ, ਪੈਨੀ ਪੈਨੀ, ਹਾਂਜੀ, ਜੁੜ ਕੇ ਤੇ ਡਾਲਰ ਬਣ ਜਾਂਦਾ, ਬਸ ਬੂੰਦ ਬੂੰਦ ਦੇ ਨਾਲ ਹੀ ਸਮੁੰਦਰ ਭਰਦਾ। ਸੋ 54 ਹੁਣ ਮਿਲ ਗਈ ਹੈ, 54 ਪਹਿਲਾਂ ਮਿਲ ਗਈ ਸੀ। 54 ਕਿਤੇ ਹੋਰ ਮਿਲ ਜੇ ਤਾਂ ਫਿਰ ਆ ਗਿਆ ਕੰਮ ਲੀਹਾਂ ਤੇ ਕੇ। ਸੋ ਤੁਸੀਂ ਕੋਈ ਪ੍ਰੋਪਰਟੀ ਵੇਚਣੀ ਖਰੀਦਣੀ ਹੈ ਜਾਂ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ, ਹੋਟਲ ਮੋਟਲ ਪਲਾਜਾ ਗੈਸ ਸਟੇਸ਼ਨ ਕਮਰਸ਼ੀਅਲ ਪ੍ਰੋਪਰਟੀ, ਜਾਂ ਤੁਸੀਂ M2 ਜ਼ੋਨਿੰਗ ਬਾਏ ਬਣਨਾ ਚਾਹੁੰਦੇ ਹੋ, ਅਰਸ਼ਨਾ ਦੇ ਕੋਲ ਕੁਝ ਐਕਸਕਲੂਸਿਵ ਡੀਲਸ ਹਨ, ਕਾਲ ਕਰ ਲਿਓ 416-303-1515। ਰੀਮੈਕਸ ਗੋਲਡ ਰਿਐਲਟੀ ਦੇ ਬ੍ਰੋਕਰ ਅਰਸ਼ ਚਾਵਲਾ। ਪੱਟੀ ਸਾਹਿਬ ਵੈਲਕਮ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਮੇਰੇ ਆਪ ਦੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਪੱਟੀ ਸਾਹਿਬ, ਅਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪੀਰੀ ਪੀਰੀ ਦੇ ਮਾਲਕ ਨੇ ਜੋ ਥਾਪਿਆ ਹੈ, ਉਹਦੀ ਮਹੱਤਤਾ ਬੜੀ ਹੈ, ਪਰ ਅਕਾਲ ਤਖਤ ਸਾਹਿਬ ਦੀਆਂ ਦੋ ਵੱਡੀਆਂ ਵੱਡੀਆਂ ਮੋਟੀਆਂ ਮੋਟੀਆਂ ਕਿਤਾਬਾਂ ਨੇ, ਆਦੇਸ਼ ਸੰਦੇਸ਼ ਤੁਹਾਡੇ ਕੋਲ ਵੀ ਹੋਣੀਆਂ, ਤੁਸੀਂ ਪੜ੍ਹੇ ਸੁਣੇ ਹੋਣੇ, ਸਾਰਾ ਇਤਿਹਾਸ ਆ ਉਹਦੇ ਵਿੱਚ, ਹੈ ਨਾ। ਸਮੇਂ ਦਰ ਸਮੇਂ ਦੀ ਵਰਤੋਂ ਕੀਤੀ ਗਈ ਹੈ, ਤੇ ਕੁਵਰਤੋਂ ਕਰਨ ਵਾਲੇ ਵੀ ਤੇ ਇਹਦੇ ਤੇ ਸਹੀ ਜਹੇਦਾਰ ਵੀ ਆਏ ਨੇ, ਜਿਨ੍ਹਾਂ ਨੇ ਦੁੱਧ ਦੁੱਧ ਪਾਣੀ ਦਾ ਪਾਣੀ ਵੀ ਕੀਤਾ। ਹਾਂਜੀ, ਖੈਰ, ਅੱਜ ਦੇ ਸਿੱਖ ਦੇ ਹਾਲਾਤ ਉੱਤੇ ਸਾਨੂੰ ਇੱਕ ਕਵਿਤਾ ਭੇਜੀ ਗਈ ਸੀ, ਰਵਿੰਦਰ ਸਿੰਘ ਕੁੰਦਰਾ ਹੈ ਭੇਜਣ ਵਾਲੇ ਸਾਨੂੰ ਹਨ, ਜਿਹੜੀ ਉਹਨਾਂ ਨੇ ਕਿਹਾ ਕਿ ਚੰਗਾ ਲੱਗੇ ਤਾਂ ਸ਼ੇਅਰ ਕਰ ਦਿਓ, ਕਿਉਂਕਿ ਅੱਜ ਮੌਕਾ ਬਣਿਆ ਗੁਰਚਰਨ ਸਿੰਘ ਜੀਉਣ ਵਾਲਾ, ਬਹੁਤ ਵਧੀਆ, ਇਹ ਵੀ ਲੇਖਕ ਨੇ ਔਰ ਬਹੁਤ ਵਧੀਆ ਤੱਥਾਂ ਦੇ ਆਧਾਰ 'ਤੇ ਲਿਖਦੇ ਨੇ, ਕਈ ਵਾਰੀ ਸਾਡੇ ਸਟੂਡੀਓ ਦੇ ਵਿੱਚ ਵੀ ਆਏ ਨੇ, ਹਾਂਜੀ, ਗੱਲਾਂ ਬਾਤਾਂ ਵੀ ਕੀਤੀਆਂ ਨੇ ਇਹਨਾਂ ਨੇ, ਔਰ ਗੁਰਚਰਨ ਸਿੰਘ ਜੀਉਣ ਵਾਲਾ ਨੇ ਭੇਜੀ ਹੈ, ਕਿਉਂਕਿ ਜਿਹੜਾ ਮੈਂ ਸਵਾਲ ਕਰਨਾ ਉਹਦੇ ਨਾਲ ਇਹ ਜਿਹੜੀ ਨਾ ਢੁੱਕਦੀ ਹੈ ਕਵਿਤਾ, ਤੁਹਾਡੀ ਆਗਿਆ ਹੋਵੇ ਤਾਂ ਸੁਣਾ ਦਵਾਂ। ਕਿਉਂਕਿ ਸਰੋਤਿਆਂ ਨੇ ਆਗਿਆ ਦੇ ਹੀ ਦੇਣੀ ਹੈ। ਨਿਮਾਣੇ ਸਿੱਖ ਅੱਜ ਬਣ ਰਹੇ ਨੇ ਬਹੁਤ ਨਿਮਾਣੇ, ਨਿਮਾਣੇ ਸਿੱਖ ਅੱਜ ਬਣ ਰਹੇ ਨੇ ਬਹੁਤ ਨਿਮਾਣੇ, ਛੁਪਾ ਰਹੇ ਨੇ ਕਾਲੇ ਹਿਰਦੇ ਪਾ ਉਜਲੇ ਬਾਣੇ। ਵੈਸੇ ਵਾਹ ਵਾਹ ਕਰਨ ਦੇ ਪੈਸੇ ਨਹੀਂ ਲੱਗਦੇ ਪੱਟੀ ਸਾਹਿਬ, ਕਰਦਿਆ ਕਰੋ ਕਦੇ, ਤੁਸੀਂ ਬੜੇ ਹੋ ਜੇ। ਨਿਵਾਣੇ ਸਿੱਖ ਅੱਜ ਬਣ ਰਹੇ ਨੇ ਬਹੁਤ ਨਿਮਾਣੇ, ਪਹਿਲੀ ਲਾਈਨ ਦੇ ਵਿੱਚ ਸਾਰਾ ਕੁਝ ਆ ਗਿਆ। ਛੁਪਾ ਰਹੇ ਨੇ ਕਾਲੇ ਹਿਰਦੇ ਪਾ ਉਜਲੇ ਬਾਣੇ, ਪਲੀਤ ਕਰਨਗੇ ਅਕਾਲ ਤਖ਼ਤ ਨੂੰ ਮੰਗ ਮਾਫ਼ੀ, ਪਲੀਤ ਕਰਨਗੇ ਅਕਾਲ ਤਖ਼ਤ ਨੂੰ ਮੰਗ ਮੁਆਫ਼ੀ, ਬਣਨਗੇ ਬੁਣਨਗੇ ਕੁਝ ਸਾਜ਼ਾਂ ਦੇ ਨਵੇਂ ਤਾਣੇ ਬਾਣੇ, ਸਿਰਫ ਉਂਗਲਾਂ ਚੁੱਕਣ ਜਾਣਦੇ ਨੇ ਇੱਕ ਦੂਜੇ 'ਤੇ।
ਗੁਰੂ ਦੇ ਸਾਹਮਣੇ ਖੜ ਕੇ ਬਣਦੇ ਬੀਬੇ ਰਾਣੇ ਰੋਲਿਆ ਗਲੀਆਂ ਵਿੱਚ ਗੁਰੂ ਨੂੰ ਅਤੇ ਵੇਚ ਵੀ ਖਾਧਾ ਰੋਲਿਆ ਗਲੀਆਂ ਵਿੱਚ ਗੁਰੂ ਨੂੰ ਅਤੇ ਵੇਚ ਵੀ ਖਾਧਾ ਸਵਾਂਗ ਰਚੇ ਰਲ ਉਹਨਾਂ ਨਾਲ ਜੋ ਸਾਡੇ ਟਿਕਾਣੇ ਗੋਲਕਾਂ ਕੁਰਸੀਆਂ ਵਜ਼ੀਰੀਆਂ ਇਤਿਹਾਸਿਕ ਜ਼ਮੀਨਾਂ ਆਖੋ ਵਾਹਿਗੁਰੂ ਗੋਲਕਾਂ ਕੁਰਸੀਆਂ ਵਜ਼ੀਰੀਆਂ ਇਤਿਹਾਸਿਕ ਜ਼ਮੀਨਾਂ ਬਿਨਾਂ ਡਕਾਰੇ ਕਰ ਹਜਮ ਗਏ ਜ਼ਾਲਮ ਜਰਵਾਣੇ ਥੱਲਿਓਂ ਚੱਲ ਕੇ ਉੱਪਰ ਤੱਕ ਰਿਹਾ ਫਰਕ ਨਾ ਕੋਈ ਗਿਆਨੀ ਗ੍ਰੰਥੀ ਜਥੇਦਾਰ ਬਹੁਤੇ ਮੀਣੇ ਤਾਣੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਣ ਰਾਮ ਕਲਾਉਣਾ ਜਾਣਾ ਪਲ ਪਲ ਬੋਲੀ ਬਦਲਦੇ ਅਸੂਲ ਟੰਗ ਛਿਕੇ ਅੰਨਿਆਂ ਤੋਂ ਰੇੜੀਆਂ ਲੈ ਸਿਰਫ ਆਪਣੇ ਲਾਣੇ ਆਮ ਸਿੱਖ ਹੈ ਪਿੱਟ ਰਿਹਾ ਨਿਤ ਮਾਰ ਦੁਹੱਥੜ ਸ਼ਰਮਸਾਰ ਵਿਚਾਰਾ ਰੋਮਨ ਦਾ ਦੱਬ ਸਿਰ ਸਰਾਣੇ ਸਿੱਖੀ ਦਾ ਭੱਠਾ ਬਿਠਾ ਰਹੀ ਹੈ ਚੰਡਾਲ ਚੌਂਕੜੀ ਡੁੱਬਦਾ ਬੇੜਾ ਨਹੀਂ ਜਾਪਦਾ ਲਘੂ ਕਿਸੇ ਟਿਕਾਣੇ ਕਿਸੇ ਟਿਕਾਣੇ ਇਹ ਰਵਿੰਦਰ ਸਿੰਘ ਕੁੰਦਰਾ UK ਕੁਵੈਂਟਰੀ ਤੋਂ ਉਹਨਾਂ ਦੀ ਕਵਿਤਾ ਹੈ ਅਤੇ ਜੂਨ ਵਾਲਾ ਸਾਹਿਬ ਨੇ ਭੇਜੀ ਸੀ ਮੈਂ ਕਿਹਾ ਅੱਜ ਮੌਕਾ ਸੁਣਾ ਦਈਏ ਕਿਉਂਕਿ ਅਕਾਲੀਆਂ ਦੇ ਨਾਲ ਸਾਬਕਾ ਜਥੇਦਾਰਾਂ ਨੂੰ ਵੀ ਅਕਾਲ ਤਖ਼ਤ ਤੇ ਤਲਬ ਕੀਤਾ ਜਾਵੇ ਇਹੋ ਜਿਹੀਆਂ ਬਿਆਨ ਛਪੇ ਨੇ ਹੁਣ ਜੇ ਤਖ਼ਤ ਦੇ ਜਥੇਦਾਰਾਂ ਨੂੰ ਤਖ਼ਤ ਤੇ ਤਲਬ ਕੀਤਾ ਜਾਣਾ ਤੇ ਫਿਰ ਬਾਕੀ ਕੀ ਰਹਿ ਗਿਆ ਕੀ ਕਹਿਣਾ ਚਾਹੋਗੇ ਵੇਖੋ ਇਹ ਜਿਹੜੀ ਤਲਬ ਕਰਨ ਦੀ ਮੰਗ ਆ ਇਹ ਬਕਾਇਦਾ ਤੌਰ ਤੇ ਹਵਾਰਾ ਚਿੱਟ ਕਮੇਟੀ ਨੇ ਮੰਗੀ ਹੈ ਹਵਾਰਾ ਕਮੇਟੀ ਪੰਜਵੇਂ ਲਈ ਕਮੇਟੀ ਬਣੀ ਸੀ ਜਿਹੜੀ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਸਰਬੱਤ ਖਾਲਸਾ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਚੁਣੇ ਗਏ ਸੀ ਉਹਨਾਂ ਦੀ ਗੈਰ ਹਾਲੀ ਚ ਵਰ ਕਰਦੀ ਐਕਟਿੰਗ ਜਥੇਦਾਰ ਕਹੀ ਆਪਾਂ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਜਸਰ ਨੇ ਮਾਫ਼ੀ ਦਿੱਤੀ ਸੀ ਪਹਿਲਾਂ ਉਹਨਾਂ ਨੂੰ ਬੁਲਾ ਕੇ ਪੁੱਛਿਆ ਜਾਵੇ ਕਿ ਇਹ ਮਾਫ਼ੀ ਜਿਹੜੀ ਬਣਦੀ ਸੀ ਕੀ ਅਕਾਲ ਤਖ਼ਤ ਦੇ ਉੱਤੇ ਸੌਦਾ ਸਾਹਿਬ ਦਾ ਮਾਮਲਾ ਵਿਚਾਰਿਆ ਜਾ ਸਕਦਾ ਸੀਗਾ ਕੀ ਉਹ ਸਿੱਖ ਸੀਗਾ ਪਹਿਲਾਂ ਤੇ ਸਭ ਕੁਛ ਉਹਨੂੰ ਇਹ ਪੁੱਛਿਆ ਜਾਵੇ ਕਿ ਅਕਾਲ ਤਖ਼ਤ ਤੇ ਤਾਂ ਵੇਖੋ ਜਾਂ ਦੋ ਹੀ ਕੰਮ ਹੁੰਦੇ ਆ ਜਾਂ ਤਲਬ ਕੀਤਾ ਜਾਂਦਾ ਜਾਂ ਵਾਰਨਿੰਗ ਹੁੰਦੀ ਹੈ ਬਕਾਇਦਾ ਤੌਰ ਉਹਦੇ ਖਿਲਾਫ਼ ਕਾਨੂੰਨੀ ਤੌਰ ਤੇ ਕਾਰਵਾਈ ਹੁੰਦੀ ਹੈ ਤੀਜਾ ਕੰਮ ਨੀ ਉੱਥੇ ਹੁੰਦਾ ਕੋਈ ਹੁਣ ਉਹਨਾਂ ਦੀ ਇਹ ਜੇ ਮੰਗ ਆ ਕਿ ਉਹਨਾਂ ਜਥੇਦਾਰਾਂ ਨੂੰ ਉਹਨਾਂ ਦੇ ਵਿੱਚੋਂ ਇੱਕ ਨਹੀਂ ਹੈਗਾ ਨਾ ਚਾਰ ਤੇ ਹੈਗੇ ਹਨ ਚਾਰ ਜਥੇਦਾਰ ਅੱਜ ਵੀ ਹੈਗੇ ਨੇ ਜਿਹਨਾਂ ਨੂੰ ਇਹ ਪੁੱਛ ਪੜਤਾਲ ਕੀਤੀ ਜਾ ਸਕਦੀ ਵੀ ਪਹਿਲਾਂ ਇਹ ਦੱਸੋ ਕਿ ਸੌਦਾ ਸਾਹਿਬ ਦਾ ਸਿੱਖੀ ਦਾ ਕੀ ਸੰਬੰਧ ਸੀਗਾ ਬਿਲਕੁਲ ਜਿਹਦੇ ਕਰਕੇ ਉਹਨੂੰ ਅਕਾਲ ਤਖ਼ਤ ਤੋਂ ਸਜ਼ਾ ਸੁਣਾਈ ਗਈ ਉਹਦੇ ਖਿਲਾਫ਼ ਬਕਾਇਦਾ ਤੌਰ ਤੇ ਹੁਕਮਨਾਮਾ ਜਾਰੀ ਕੀਤਾ ਅੱਗੇ ਇਹਦੇ ਬਾਰੇ ਮੈਂ ਸਪਸ਼ਟੀਕਰਨ ਲਊਗੀ ਸਰ ਗੱਲ ਤੇ ਬਿਲਕੁਲ ਸੱਚੀ ਹੈ ਪ੍ਰੋਫੈਸਰ ਬਲਜਿੰਦਰ ਸਿੰਘ ਹੋਰੀ ਪੜ੍ਹੇ ਲਿਖੇ ਵਿਅਕਤੀ ਪ੍ਰਿੰਸੀਪਲ ਰਹੇ ਨੇ ਉਹਨਾਂ ਦਾ ਬਿਆਨ ਬਕਾਇਦਾ ਤੌਰ ਤੇ ਇਹ ਇਸ ਕਰਕੇ ਉਹਨਾਂ ਦੀ ਮੰਗ ਵੀ ਬਿਲਕੁਲ ਜਾਇਜ਼ ਹੈ ਤੇ ਆਪਾਂ ਵੀ ਕਹਿ ਚੁੱਕੇ ਹਾਂ ਵੀ ਵੇਖੋ ਜਿਹੜੀ ਬਾਗੀਆਂ ਨੇ ਇੱਕ ਨਾਰਾਜ਼ ਆਗੂਆਂ ਨੂੰ ਚਿੱਠੀ ਦਿੱਤੀ ਹੈ ਉਹਦੇ ਵਿੱਚ ਵੀ ਕਿਹਾ ਉਹਨਾਂ ਵੀ ਗਿਆਨੀ ਗੁਰਬਚਨ ਸਾਬਕ ਜਿਹੜੇ ਸਾਬਕਾ ਜਥੇਦਾਰ ਉਹਨਾਂ ਨੂੰ ਵੀ ਪੁੱਛਿਆ ਜਾਵੇ
ਵੀ ਕਿਹਦੇ ਦਬਾਅ ਥੱਲੇ ਮਾਫ਼ੀ ਦਿੱਤੀ ਆ, ਤੇ ਦਬਾਅ ਬਾਰੇ ਤਾਂ ਸਾਰਾ ਸਪਸ਼ਟ ਕਰਤਾ ਸੀ ਗਿਆਨੀ ਗੁਰਮੁਖ ਸਿੰਘ ਹੋਰਾਂ ਨੇ। ਬਿਲਕੁਲ, ਉਹਨਾਂ ਦੇ ਜਦੋਂ ਆਪਣੇ ਘਰ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਬੁਲਾਈ ਸੀਗੀ, ਮੈਂ ਮੌਕੇ ਤੇ ਹਾਜ਼ਰ ਸੀਗਾ। ਜਦੋਂ ਉਹਨੇ ਸਾਰੀਆਂ ਪਰਤਾਂ ਦਰ ਪਰਤਾਂ ਖੋਲੀਆਂ ਵੀ ਕਿਵੇਂ ਸਾਨੂੰ ਬੁਲਾਇਆ ਗਿਆ, ਕਿਵੇਂ ਸਾਡੇ ਤੋਂ ਪੁੱਛ ਪੜਤਾਲ ਕੀਤੀ ਗਈ, ਕਿਵੇਂ ਗੱਲ ਕੀਤੀ ਗਈ, ਸਾਨੂੰ ਸਮਝ ਤੱਕ ਨੀ ਆਈ ਗਿਆਨੀ ਗੁਰਬਚਨ ਸਿੰਘ ਜੀ ਕਹਿੰਦੇ ਵੀ ਜਦੋਂ ਇਹ ਮਾਫ਼ੀ ਦੀ ਗੱਲ ਅੰਦਰ ਚੱਲ ਰਹੀ ਸੀ, ਅਸੀਂ ਸਾਰੇ ਕਹਿੰਦੇ ਸੀ ਰੌਲਾ ਬਹੁਤ ਪਾਉਣਾ, ਜੇ ਰੌਲਾ ਪਿਆ ਤੇ ਆਪਣੀ ਮੁਸ਼ਕਿਲ ਹੋਊਗੀ। ਤੇ ਉਦੋਂ ਗਿਆਨੀ ਗੁਰਮੁਖ ਸਿੰਘ ਕਹਿੰਦਾ ਜਿਹੜਾ ਸੁਖਬੀਰ ਨਾਲ ਗੱਲ ਕਰ ਲਓ ਜੀ। ਫਿਰ ਦੋ ਘੰਟੇ ਇਹਦੇ ਤੋਂ ਗਿਆਨੀ ਗੁਰਬਚਨ ਸਿੰਘ ਹੋਣਾ ਕਹਿਣਾ ਵੀ ਬਹਿਸ ਹੁੰਦੀ ਸੀ ਵੀ ਇਹ ਪਾਸ ਕਰੀਏ ਨਾ ਪਾਸ ਕਰੀਏ, ਕਿ ਆਪਣੀਆਂ ਡਿਫਿਕਲਟੀਆਂ ਦਾ ਤੇ ਲਾ ਦਈਏ। ਜੇ ਇਹ ਗੱਲ ਸੱਚੀ ਆ ਵੀ ਗਿਆਨੀ ਗੁਰਮਤ ਸਿੰਘ ਹੋਰੀ ਉਦੋਂ ਕਹਿੰਦੇ ਰਹੇ ਵੀ ਆਹ ਜੀ ਸੁਖਬੀਰ ਬਾਦਲ ਨਾਲ ਗੱਲ ਕਰੋ, ਤੇ ਮੁੜ ਕੇ ਫਿਰ ਪਾਸ ਕਿਉਂ ਦੇਣੇ ਸਾਰੇ? ਬਿਲਕੁਲ, ਇਸ ਕਰਕੇ ਹਵਾਰਾ ਕਮੇਟੀ ਪ੍ਰੋਫੈਸਰ ਬਲਜਿੰਦਰ ਸਿੰਘ ਹੋਰੀ ਇਹ ਕਹਿੰਦੇ ਵੀ ਪਹਿਲੀ ਗੱਲ ਤੇ ਇਹਦਾ ਪਤਾ ਕੀਤਾ ਜਾਣਾ ਚਾਹੀਦਾ ਵੀ ਜਿਹੜਾ ਹੁਕਮਨਾਮਾ ਠੀਕ ਹੋਇਆ ਸੀ ਕੋਈ ਵੀ ਗਲਤ ਹੋਇਆ ਸੀ। ਜਦੋਂ ਹੁਕਮਨਾਮਾ ਕੀਤਾ ਗਿਆ ਉਦੋਂ ਜਹਿਦਰ ਵਿਦਾਂਤੀ ਸੀਗੇ ਜਹਿਦਰ ਕਾਲ ਤੱਕ, ਤੇ ਜਦੋਂ ਉਹਦੇ ਤੇ ਮਾਫ਼ੀ ਦਿੱਤੀ ਗਈ ਆ ਉਦੋਂ ਫਿਰ ਇਹ ਆ ਗਏ ਗਿਆਨੀ ਗੁਰਬਚਨ ਸਿੰਘ ਹੋਰੀ। ਇਸ ਕਰਕੇ ਉਹਨਾਂ ਦਾ ਵਿਚਾਰ ਬਿਲਕੁਲ ਠੀਕ ਹੈ ਵੀ ਜਦੋਂ ਉਹਦਾ ਸੰਬੰਧ ਹੀ ਕੋਈ ਨੀ, ਉਹਦਾ ਆਪਣਾ ਇੱਕ ਕਲਟ ਆ, ਉਹ ਆਪਣਾ ਇੱਕ ਕਲਟ ਚਲਾ ਰਿਹਾ ਸੁੰਦਰ ਸਾਹਿਬ ਦੇ ਨਾਂ ਦੇ ਉੱਤੇ, ਸੱਚੇ ਸੁੱਚੇ ਕਲਟ ਚਲਾ ਰਿਹਾ ਆਪਣਾ ਉਹ। ਜਦੋਂ ਤੁਹਾਡੇ ਅਧਿਕਾਰ ਖੇਤਰ ਚ ਨੀ ਆਉਂਦਾ, ਗੱਲ ਹੀ ਕੋਈ ਨੀ ਆਉਂਦੀ, ਨਾ ਉਹ ਦਸਤਾਰ ਚ ਆਉਂਦਾ ਵਾ, ਦਾੜੀ ਉਹ ਕਾਲੀ ਕਰਦਾ ਵਾ, ਤੇ ਰੋਮਾਂ ਦੀ ਬੇਅਦਬੀ ਕਰਨ ਤੋਂ ਵੈਸੇ ਨੀ ਕਲ ਤੱਕ ਤਲਬ ਕੀਤਾ ਜਾ ਸਕਦਾ। ਬਿਲਕੁਲ, ਇਹ ਉਹਨਾਂ ਦਾ ਤਰਕ ਬਹੁਤ ਵਧੀਆ ਵਾ। ਇਹਦੇ ਬਾਰੇ ਵਾਕਈ ਵੀ ਜਿਹੜੇ ਇਸ ਵੇਲੇ ਜਿੰਦਾ ਜਥੇਦਾਰ ਹੈਗੇ ਉਹਨਾਂ ਨੂੰ ਪੁੱਛ ਪੜਤਾਲ ਕੀਤੀ ਜਾ ਸਕਦੀ ਆ ਜੀ। ਔਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਾਬਕਾ ਜਿਹੜੇ ਨੇ ਉਹ ਤਾਂ ਕਹਿ ਚੁੱਕੇ ਨੇ ਕਿ ਇਹ ਰਾਜਨੀਤਿਕ ਦਬਾਅ ਸੀ, ਪੁਆਇੰਟ ਨੰਬਰ 1 ਰਾਜਨੀਤਿਕ ਦਬਾਅ। ਦੂਜਾ ਪੁਆਇੰਟ ਚੰਦੂ ਮਾਜਰਾ ਕਹਿੰਦਾ ਸੀ ਇਤਿਹਾਸਕ ਫੈਸਲਾ ਹੈ, ਤੇ ਉਹ ਵੀ ਵਿਰੋਧੀਆਂ ਦੇ ਵਿੱਚ ਉਹਨੂੰ ਪੁੱਛਿਓ ਕਿ ਉਹ ਵੀ ਤਲਬ ਨਹੀਂ, ਤੂੰ ਕਿੱਦਾਂ ਕਹਿਤਾ ਇਤਿਹਾਸਕ ਫੈਸਲਾ। ਹੁਣ ਮੈਂ ਤੁਹਾਨੂੰ ਇੱਕ ਨਾ ਹਿਸਟਰੀ ਦੀ ਇੱਕ ਛੋਟੀ ਜੀ ਯੁਰਤ ਵਾਲੀ ਗਾਥਾ ਸੁਣਾਉਣਾ। ਤੁਰਕੀ ਦਾ ਇੱਕ ਬਾਦਸ਼ਾਹ ਮੁਹੰਮਦ ਹਨੀਫ, ਖਲੀਫਾ ਲਾਸਟ ਖਲੀਫਾ ਤੁਰਕੀ ਦਾ, ਆਪਣੇ ਹੱਥਾਂ ਨਾਲ ਕਮਾਈ ਕਰਕੇ ਲੱਕੜੀ ਦਾ ਕੰਮ ਕਰਕੇ, ਤੁਰਕੀ ਦਾ ਫਰਨੀਚਰ ਬੜਾ ਮਸ਼ਹੂਰ ਹੈ, ਤੁਰਕੀ ਦਾ ਉਹ ਬਾਦਸ਼ਾਹ ਤੇ ਰੋਟੀ ਆਪਣੀ ਹੱਥਾਂ ਦੀ ਕਮਾਈ ਨਾਲ ਖਾਂਦਾ। ਉਹ ਫਰਾਂਸ ਦੇ ਵਿੱਚ ਨਬੀ ਦੇ ਖਿਲਾਫ ਮਜ਼ਾਕ ਖਾਤਰ ਉਹਨਾਂ ਨੇ ਇੱਕ ਡਰਾਮਾ ਰੱਖਿਆ ਸੀ, ਕਿਉਂਕਿ ਸਲੀਬੀਆਂ ਦੀ ਤੇ ਜਿਹੜੀ ਆ ਤੁਰਕਾਂ ਦੀ ਤਾਂ ਸ਼ੁਰੂ ਤੋਂ ਲੜਾਈ ਹੈ ਨਾ ਜੀ। ਤੇ ਉਹਨਾਂ ਦੇ ਵਿੱਚ ਉਹਨੂੰ ਜਦੋਂ ਪਤਾ ਲੱਗਦਾ ਤਾਂ ਉਹ ਉਸ ਸ਼ਰੀਫ ਜਿਹੜਾ ਉਹਨਾਂ ਦਾ ਸਫੀਰ ਆ ਉਹਨੂੰ ਸੱਦਦਾ ਆਪਣੇ ਉੱਥੇ, ਤੇ ਉਹ ਕਹਿੰਦਾ ਜੀ ਵੀ ਜੇ ਤੁਸੀਂ ਸਾਡੇ ਨਬੀ ਦੇ ਖਿਲਾਫ ਜਿਹੜਾ ਪਹਿਲਾਂ ਕਰ ਲਿਆ ਉਹਦੀ ਵੀ ਮਾਫ਼ੀ ਜੇ ਤੁਸੀਂ ਹੁਣ ਕੀਤਾ ਤੇ ਇੱਟ ਨਾ ਇੱਟ ਖੜਕਾ ਦਾਂਗੇ ਤੁਹਾਡੀ, ਸਾਨੂੰ ਮਰਨਾ ਮਨਜ਼ੂਰ ਆ, ਮਰਨ ਲਈ ਤਿਆਰ ਹਾਂ ਅਸੀਂ, ਸਾਡੀਆਂ ਤਲਵਾਰਾਂ ਮਿਆਨ ਚੋਂ ਬਾਹਰ ਆਉਣਗੀਆਂ। ਭਾਵਾਂ ਕਿ ਉਸ ਵਕਤ ਹਥਿਆਰ ਦੂਜੇ ਆ ਚੁੱਕੇ ਸੀ, ਬੇੜੇ ਆ ਚੁੱਕੇ ਸੀ, ਤੋਪਾਂ ਆ ਚੁੱਕੀਆਂ ਸੀ, ਤਲਵਾਰ ਦੇ ਉੱਤੇ ਇਸ ਕਰਕੇ ਸੀਗਾ ਕਿ ਸਾਡੀਆਂ ਤਲਵਾਰਾਂ ਬਾਹਰ ਨਿਕਲ ਗਈਆਂ, ਖੂਨ ਦੀਆਂ ਨਦੀਆਂ ਵਹਿ ਜਾਣਗੀਆਂ, ਅਸੀਂ ਆਪਣੇ ਨਬੀ ਦੇ ਖਿਲਾਫ ਆਪਣੇ ਅੱਲਾਹ ਦੇ ਖਿਲਾਫ ਇੱਕ ਸ਼ਬਦ ਨਹੀਂ ਸੁਣ ਸਕਦੇ, ਮਰ ਲਓ ਤਿਆਰ ਆ, ਅਤੇ ਉਹਨਾਂ ਨੂੰ ਸਿਰ ਝੁਕਾਉਣਾ ਪਿਆ ਸੀ ਅਤੇ ਮਾਫ਼ੀ ਮੰਗਣੀ ਪਈ ਸੀਗੀ। ਅਤੇ ਸਾਡੇ
ਕੱਲ ਤੁਸੀਂ ਇੱਕ ਲਫ਼ਜ਼ ਵਰਤਿਆ ਸੀ, ਮਾਫ਼ ਕਰਨਾ ਮੈਂ ਵਰਤਣਾ ਨਹੀਂ ਚਾਹੁੰਦਾ ਕਿਉਂਕਿ ਸਾਡੇ ਜਥੇਦਾਰ ਸਾਡੇ ਨਾਲੋਂ ਪਦਵੀਆਂ ਜਿਹੜੀਆਂ ਨੇ ਉਹਨਾਂ ਦੀਆਂ ਉੱਚੀਆਂ ਨੇ, ਇਹਨਾਂ ਨੂੰ ਵਾਕਈ ਉਹ ਕਰ ਲੈਣਾ ਚਾਹੀਦਾ ਕਿ ਤੁਸੀਂ ਸੱਤਾ ਦੀ ਧੌਂਸ ਦੇ ਉੱਤੇ ਆ ਕੇ ਅਤੇ ਇਹ ਅਕਾਲ ਤਖ਼ਤ ਸਾਹਿਬ ਤੋਂ ਫੈਸਲੇ ਲਏ ਨੇ, ਪਹਿਲਾਂ ਵੀ ਲਏ ਨੇ ਜਾਂ ਲੈ ਰਹੇ ਹੋ, ਤਾਂ ਬਸ ਡੁੱਬ ਕੇ ਮਰਨ ਵਾਲੀ ਗੱਲ ਆ, ਡੁੱਬ ਕੇ ਮਰਨ ਵਾਲੀ ਗੱਲ ਆ। ਜਿਨ੍ਹਾਂ ਵਾਸਤੇ ਤੁਸੀਂ ਆਪਣਾ ਅੱਗਾ ਸਵਾਰਦੇ ਹੋ ਨਾ, ਵੀ ਧੀਆਂ ਪੁੱਤਾਂ ਵਾਸਤੇ ਹੀ ਆ ਨਾ, ਵੀ ਚਾਰ ਪੈਸੇ ਜੋੜ ਲੈਣਗੇ ਹੈ ਨਾ, ਪਾਪਾਂ ਬਾਜ ਨਾ ਹੋਵੇ ਇਕੱਠੀ ਅਤੇ ਮੋਇਆਂ ਸਾਸ ਨਾ ਜਾਵੇ। ਇੱਥੇ ਦੁਨੀਆਂ ਦੇ ਵੱਡੇ ਵੱਡੇ ਬਾਦਸ਼ਾਹ ਤੁਰ ਗਏ, ਵੱਡੇ ਵੱਡੇ ਧਨ ਦੌਲਤ ਵਾਲੇ ਤੁਰ ਗਏ, ਵੱਡੇ ਵੱਡੇ ਜਗੀਰਾਂ ਵਾਲੇ ਤੁਰ ਗਏ। ਕਹਿੰਦੇ ਨੇ ਕਿ ਉਹ ਸਿਕੰਦਰ ਦੀ ਮਾਂ ਜਾ ਕੇ ਮੜੀਆਂ ਦੇ ਵਿੱਚ ਰੋਂਦੀ ਹੁੰਦੀ ਸੀ, ਵੇ ਪੁੱਤ ਸਿਕੰਦਰਾ, ਵੇ ਪੁੱਤ ਸਿਕੰਦਰਾ, ਉਦੋਂ ਸੋਨੇ ਦੀਆਂ ਮੋਹਰਾਂ ਚੱਲਦੀਆਂ ਸੀ, ਇਹ ਕਿਹੜੇ ਪੁੱਤ ਆਖਦਰ ਹੋਣੀ ਨੇ ਕਹਿਤਾ, ਕਿਹੜੇ ਸਿਕੰਦਰ ਨੂੰ ਮਾਂ ਬਾਜਾਂ ਮਾਰਦੀਆਂ। ਇਹ ਮਾਂ ਨੇ ਹੁੱਬ ਕੇ ਕਿਹਾ, ਮੇਰੇ ਪੁੱਤ ਨੇ ਇੱਕ ਲੱਖ ਦੀ ਮੁੰਦਰੀ ਪਾਈ ਸੀ, ਉਸ ਵਕਤ ਸੋਨੇ ਦੀ ਮੁੰਦਰੀਆਂ ਹੋਣਗੀਆਂ, ਸੋਨਾ ਬਣਵਾਈ ਦਿੱਤਾ ਹੋਊਗਾ, ਉਸ ਵਕਤ ਅਸ਼ਰਫੀਆਂ ਚੱਲਦੀਆਂ ਸੀ। ਅੱਗੋਂ ਹੋਣੀ ਕਹਿੰਦੀ, ਮਾਂ ਤੁਰ ਜਾ, ਜਾ ਘਰ ਜਾ ਕੇ ਬਹਿ ਆਰਾਮ ਕਰ, ਇਹ ਕਿਉਂ ਇੱਥੇ ਇੱਕ ਇੱਕ ਲੱਖ ਰੁਪਇਆ ਮੁੰਦਰੀਆਂ ਦੀ ਕਢਾਈ ਦੇਣ ਵਾਲੇ ਤੁਰ ਗਏ, ਅਤੇ ਤੇਰੇ ਪੁੱਤ ਨੇ ਤਾਂ ਇੱਕ ਲੱਖ ਦੀ ਮੁੰਦਰੀ ਪਾਈ ਸੀ ਵਿੱਚੇ ਬਣਤਰ, ਇੱਥੇ ਤਾਂ ਬਣਵਾਈ ਦੇਣ ਵਾਲੇ ਤੁਰ ਗਏ। ਤੁਰ ਇਹਨਾਂ ਨੇ ਵੀ ਜਾਣਾ, ਤੁਰ ਤੁਸੀਂ ਵੀ ਜਾਣਾ, ਅਸੀਂ ਵੀ ਜਾਣਾ, ਪਰ ਇਤਿਹਾਸ ਦੇ ਪੰਨਿਆਂ ਦੇ ਉੱਤੇ ਤੁਹਾਡਾ ਨਾਂ ਜਿਹੜਾ ਜਥੇਦਾਰ ਉਹ ਕਲੰਕਿਤ ਰਹਿ ਜਾਣਾ ਜੀ। ਭਾਵੇਂ ਕਿਸੇ ਨੇ ਕਿਹਾ ਬੈਨਰ ਛਪਾ ਦਿੱਤੇ ਕਿ ਜੀ ਬੜੀ ਇਤਿਹਾਸਕ ਹੈ ਜੀ ਇਹ ਫੈਸਲਾ, ਅਤੇ ਹੁਣ ਤੁਸੀਂ ਉਹਨਾਂ ਨੂੰ ਪਾਣੀ ਪੀ ਪੀ ਕੋਸ ਦਿਓ, ਲਾਹਣਤ ਹੈ ਤੁਹਾਡੇ ਉੱਤੇ ਇਹੋ ਜਿਹੀ ਸੋਚ ਦੇ, ਹੋਰ ਕਿੱਥੋਂ ਤੱਕ ਜਾਈਏ ਅਸੀਂ, ਦੱਸੋ। ਸਿੱਖੀ ਕੋਈ ਤੁਹਾਡੀ ਨਹੀਂ ਗੀ, ਸਿੱਖੀ ਸਿੱਖਾਂ ਦੇ ਘਰ ਜੰਮਣ ਵਾਲੇ ਹਰ ਬੱਚੇ ਦੀ ਹੈ, ਅਤੇ ਹਰ ਬੱਚਾ ਜਿਹੜਾ ਜੰਮਣਾ ਉਹਦੀ ਹੈ। ਅੱਜ ਤੁਹਾਡੇ ਪੈਰ ਥੱਲੇ ਬਟੇਰੇ ਆਏ ਨੇ ਅਤੇ ਤੁਸੀਂ ਚੌਧਰਾਂ ਦੀ ਖਾਤਰ ਤੁਰੇ ਫਿਰਦੇ ਹੋ ਮੁੱਛਾਂ ਨੂੰ ਵੱਟ ਦੇ ਕੇ, ਪਰ ਕਿਰਦਾਰ ਤੁਹਾਡੇ ਬਿਲਕੁਲ ਗਿਰੇ ਹੋਏ ਨੇ, ਬਿਲਕੁਲ। ਹੁਣ ਕਿੱਥੋਂ ਤੱਕ ਜਾਈਏ, ਹੋਰ ਦੱਸੋ ਕੀ ਕਹੀਏ। ਦੁੱਖ ਲੱਗਦਾ ਜੱਬੇ ਬਾਣ ਲੱਗ ਗਿਓ ਤਾਂ ਬੇਰੋਸ ਜਾ ਗਿਓ, ਇਹ ਹੁਣ ਇਹਦੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਕਿ ਨਹੀਂ। ਅੱਛਾ ਜਨਾਬ ਨੇ ਕਹਿੰਦੇ ਨੇ ਕਿ ਕੋਰ ਕਮੇਟੀ ਭੰਗ ਕੀਤੀ ਹੈ, ਉਧਰ ਵਿਰੋਧੀ ਧਿਰ ਨੇ ਬਣਾਈ ਪ੍ਰੈਜ਼ੀਡੀਅਮ, ਕੀ ਕਹਿਣਾ ਚਾਹੋਗੇ? ਵੇਖੋ, ਕੋਰ ਕਮੇਟੀ ਅਕਾਲੀ ਦਲ ਦੇ ਸੰਵਿਧਾਨ ਦੇ ਵਿੱਚ ਕੋਰ ਕਮੇਟੀ ਨਾਂ ਦੀ ਕੋਈ ਵੀ ਕਮੇਟੀ ਦਰਜ ਨਹੀਂ। ਵਰਕਿੰਗ ਕਮੇਟੀ ਆ, ਐਗਜ਼ੀਕਟਿਵ ਕਮੇਟੀ ਆ, ਜ਼ਿਲ੍ਹਾ ਜਥੇਦਾਰ ਨੇ, ਬਕਾਇਦਾ ਡੈਲੀਗੇਟ ਸੀ, ਇਹਨਾਂ ਦਾ ਇੰਦਰਾਜ ਆਉਂਦਾ, ਲੇਕਿਨ ਕੋਰ ਕਮੇਟੀ ਨਹੀਂ ਆਉਂਦਾ। ਵੈਸੇ ਆਮ ਤੌਰ ਤੇ ਕੋਰ ਕਮੇਟੀ ਵਿਦਵਾਨਾਂ ਦੀ ਬਣਦੀ ਹੁੰਦੀ ਹੈ, ਤਿੰਨ ਚਾਰ ਦੀ, ਜਿਹੜੇ ਬਕਾਇਦਾ ਤੌਰ ਤੇ ਕਿਸੇ ਮੁੱਦੇ ਤੇ ਕਈ ਦਿਨ ਡਿਸਕਸ ਕਰਦੇ ਆ ਤੇ ਫਿਰ ਸੇਧ ਦਿੰਦੇ ਨੇ ਕਿ ਆਪਾਂ ਨੂੰ ਇਸ ਮੁੱਦੇ ਤੇ ਕੀ ਕਰਨਾ ਚਾਹੀਦਾ। ਲੇਕਿਨ ਇੱਥੇ ਇਹਨਾਂ ਕੋਰ ਕਮੇਟੀ ਬਣਾ ਲਈ, ਚਲੋ ਕੋਰ ਕਮੇਟੀ ਬਣਾ ਲਈ ਤੇ ਘੱਟੋ ਘੱਟ ਚਾਰ ਪੰਜ ਮੈਂਬਰ ਦੂਵੇ ਤੁਸੀਂ ਉਹਨੂੰ ਜੰਬੋ ਕੋਰ ਕਮੇਟੀ ਬਣਾ ਦਿੱਤੀ, ਤੁਸੀਂ ਵਿਹੜਾ ਕਮੇਟੀ ਬਣਾ ਦਿੱਤੀ। ਕੋਰ ਕਮੇਟੀ ਕਿਹੜੀ ਕਮੇਟੀ ਹੁੰਦੀ ਹੈ ਆਮ ਤੌਰ ਤੇ, ਏਡੀ ਵੱਡੀ ਦੀ ਵਿਹੜਾ ਕਮੇਟੀ ਬਣਾ ਦੀ, ਵਿਹੜਾ ਖੁੱਲਾ ਹੁੰਦਾ ਨਾ, ਖੁੱਲਾ ਕਰਨਾ ਤੁਸੀਂ। ਅੱਠ ਮੈਂਬਰ ਉਹਦੇ ਵਿੱਚ ਉਹ ਨੇ ਜਿਹੜੇ ਐਸੇ ਬਾਗੀ ਸੁਰਾਂ ਲਾਪਦੇ ਨਾਰਾਜ਼ ਨੇ। ਹੁਣ ਸਰਦਾਰ ਸੁਖਬੀਰ ਸਿੰਘ ਨੇ ਸੋਚਿਆ ਵੀ ਜੇ ਇੱਕ ਇੱਕ ਕਰਕੇ ਕੱਢਿਆ ਤੇ ਬਦਨਾਮੀ ਬੜੀ ਹੋਊਗੀ, ਤੇ ਉਹਨੂੰ ਚੰਗਾ ਇਹ ਆ ਵੀ ਕਮੇਟੀ ਨੂੰ ਅਲੱਗ ਕਿਹੜਾ ਮੁੜ ਕੇ ਇੱਕ ਤਾਂ ਪਰਮਿਸ਼ਨ ਲੈਣ ਜਾਣੀ ਆ, ਨਵੀਂ ਕਮੇਟੀ ਫਿਰ ਬਣਾ ਦੇਣਗੇ ਆਪਾਂ, ਕੀ ਫਰਕ ਪੈਂਦਾ ਉੱਥੇ। ਕੋਰ ਕਮੇਟੀ ਸੰਵਿਧਾਨ ਦੇ ਵਿੱਚ ਕਿਤੇ ਵੀ ਦਰਜ ਨਹੀਂ ਹੈ, ਲੇਕਿਨ ਇਹ ਇਹਨਾਂ ਨੇ ਆਪਣੀ ਕਿਚਨ ਕਮੇਟੀ ਬਣਾਈ ਸੀ ਵੀ ਚਾਰ ਪੰਜ ਬੰਦੇ ਸੀ ਜਿਹੜੇ ਆਪਣੇ ਵਿਸ਼ਵਾਸ ਪਾਤਰ ਨੇ ਉਹਨਾਂ ਦੀ ਬਨਾਲਤ ਉਹ ਵੱਧਦੇ ਵੱਧਦੇ ਮੇਰੇ 13 ਕਿ 18 ਮੈਂਬਰ ਪਾਤੇ ਇਹਨਾਂ ਨੇ।
ਤੇ ਉਹ ਹੁਣ ਭੰਗ ਕਰ ਦਿੱਤੀ ਗਈ ਹੈ ਸਿਰਫ ਤੇ ਸਿਰਫ ਵਿਰੋਧੀਆਂ ਨੂੰ ਬਾਹਰ ਕੱਢਣ ਵਾਸਤੇ, ਜਿਹੜੇ ਅੱਜ ਵੀ ਕਹਿੰਦੇ ਅਸੀਂ ਤੇ ਅਕਾਲੀ ਦਲ ਚ ਬੈਠੇ ਹਾਂ। ਹੁਣ ਕੌਣ ਆਉਣਗੇ ਇਸ ਕੋਰ ਕਮੇਟੀ ਚ? ਬੰਟੀ, ਛੰਟੀ, ਸੰਨੀ, ਰੋਜੀ, ਬੰਨੀ, ਇਹ ਆਉਣਗੇ ਇਸ ਕੋਰ ਕਮੇਟੀ ਚੋਂ। ਦੂਜੇ ਪਾਸੇ ਜਿਹੜੇ ਉਹ ਵੀ ਇੱਕ ਸਿਆਸਤਦਾਨ ਨੇ, ਉਹਨਾਂ ਨੂੰ ਪਤਾ ਕੰਮ ਕਿਵੇਂ ਕਰਨਾ। ਗੁਰਪ੍ਰਤਾਪ ਸਿੰਘ ਵਡਾਲਾ ਇੱਕ ਗੱਲ ਕਰਕੇ ਗਏ ਸੀ ਜਿਸ ਦੇ ਮੱਥਾ ਟੇਕਣ ਦਰਬਾਰ ਸਾਹਿਬ ਆਇਆ, ਤੇ ਉਹਨਾਂ ਪੁੱਛਿਆ ਗਿਆ ਵੀ ਜੇ ਅਕਾਲ ਤਖ਼ਤ ਤੋਂ ਏਕਤਾ ਦਾ ਸੰਦੇਸ਼ ਦਿੱਤਾ ਜਾਂਦਾ ਵਾ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਥੱਲੇ ਤੁਸੀਂ ਕੰਮ ਕਰੋ ਤੇ ਕਰੋਗੇ, ਕਹਿੰਦੇ ਅਕਾਲ ਤਖ਼ਤ ਦਾ ਹੁਕਮ ਮੰਨਾਂਗੇ ਕੋਈ ਗੱਲ? ਹੁਣ ਦੂਜੇ ਪਾਸੇ ਇੱਕ ਪਾਸੇ ਇਹ ਕਹਿ ਕੇ ਗਏ ਨੇ ਜਾ ਕੇ ਚੰਡੀਗੜ੍ਹ ਇੱਕ ਪਿੰਜਰ ਬਣਾਤੀ ਆ, ਮੈਂਬਰੀ ਪਿੰਜਰ ਬਣਾ ਦਿੱਤੀ ਆ, ਜਿਹਦੇ ਵਿੱਚ ਉਹਨਾਂ ਨੇ ਤਿੰਨ ਬੀਬੀਆਂ ਲਈਆਂ ਨੇ, ਬੀਬੀ ਕਿਰਨਜੋਤ ਕੌਰ, ਬੀਬੀ ਪਰਮਜੀਤ ਕੌਰ ਲਾਂਡਰਾ ਤੇ ਬੀਬੀ ਗੁਲਸ਼ਨ, ਤਿੰਨ ਬੀਬੀਆਂ ਲਈਆਂ ਇਹਨਾਂ ਦੇ ਵਿੱਚ, ਬਾਕੀ ਬੰਦੇ ਨੇ ਲਏ ਉਹਨਾਂ ਨੇ 13 ਦੇ ਵਿੱਚ। ਹਰ ਖੇਤਰ ਨੂੰ, ਦੁਆਬੇ ਨੂੰ, ਮਾਝੇ ਨੂੰ, ਸਾਰਿਆਂ ਨੂੰ ਉਹਦੀ ਨੁਮਾਇੰਦਗੀ ਦਿੱਤੀ ਗਈ ਹੈ। ਸੁੱਚਾ ਸਿੰਘ ਛੋਟੇ ਬਦਲੇ ਘਰ ਸੁੱਤੇ ਪਏ ਸੀ, ਜਗਾ ਲੈਂਦਾ ਆ ਜਾਓ ਤੁਸੀਂ ਵੀ, ਭਾਈ ਮਨਜੀਤ ਸਿੰਘ ਨੂੰ ਲੈ ਲਿਆ ਜੀ, ਇਸ ਤਰ੍ਹਾਂ ਕਰਕੇ ਉਹ ਕਮੇਟੀ 13 ਮੈਂਬਰੀ ਕਮੇਟੀ ਬਣਾਤੀ। ਇੱਕ ਪਾਸੇ ਕੋਰ ਕਮੇਟੀ ਭੰਗ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਪ੍ਰਿਜ਼ਨਿਮ ਉਸ ਦੇ ਬਣਾਈ ਜਾਂਦੀ ਹੈ। ਇਹਦਾ ਮਤਲਬ ਵੀ ਜਿਹੜੇ ਵਿਰੋਧੀ ਧਿਰ ਨੇ ਉਹ ਪੂਰੀ ਤਰ੍ਹਾਂ ਵਰਕਿੰਗ ਦੇ ਵਿੱਚ, ਚੁੱਪ ਕਰਕੇ ਨਹੀਂ ਬੈਠੇ। ਸਾਡੇ ਕੀ ਯੂਟਿਊਬ ਚੱਲਣ ਵਾਲਾ ਕਿਹਾ ਜੀ ਜਹੇਦਾਰ ਦਾ ਫੈਸਲਾ, ਤਾਂ ਜਹੇਦਾਰ ਦਾ ਫੈਸਲਾ 6 ਮਹੀਨੇ ਨਹੀਂ ਹੋਣਾ। ਉਹ ਆਪਣੀ ਹੋਣ ਦਾ ਪ੍ਰਗਟਾਵਾ ਕਰ ਰਹੇ ਨੇ ਵਿਰੋਧੀ ਸਾਰੇ ਵੀ ਅਸੀਂ ਕਿੱਥੇ ਖੜੇ ਹਾਂ। ਬਿਲਕੁਲ ਇਹੀ ਦੀ ਗੱਲ ਕੀਤੀ ਸੀ ਬਕਾਇਦਾ ਤੌਰ ਤੇ ਚਰਨਜੀਤ ਸਿੰਘ ਬਰਾੜ, ਚਰਨਜੀਤ ਬਰਾੜ ਸ਼ਾਇਦ ਨਾਂ ਉਹਦਾ, ਚਰਨਜੀਤ ਬਰਾੜ ਹੀ ਹੈ। ਉਹਨੇ ਇੰਨੀ ਗੱਲ ਕਹੀ ਸੀ ਵੀ ਤੁਸੀਂ ਪ੍ਰਿਜ਼ਨ ਬਣਾ ਲਓ ਤੇ ਮੈਨੂੰ ਵੀ ਉਹਦਾ ਨੰਬਰ ਪਾ ਦਿਓ, ਆਨਰੇਜ ਨੰਬਰ ਪਾ ਦਿਓ ਬੰਦੇ, ਤੇ ਮੈਂ ਸੰਭਾਲ ਲੂੰਗਾ ਸਭ ਕੁਛ, ਕੋਈ ਗੱਲ ਨੀ। ਹੁਣ ਇਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਚੰਡੀਗੜ੍ਹ ਦੇ ਵਿੱਚ ਬਕਾਇਦਾ ਤੌਰ ਤੇ ਇਹ ਵਿਰੋਧੀ ਆਪਣਾ ਦਫ਼ਤਰ ਵੱਖਰਾ ਖੋਲਣਗੇ ਤੇ ਪਰਮਜੀਤ ਕੌਰ ਲਾਂਡਰਾ, ਪੜ੍ਹੀ ਲਿਖੀ ਔਰਤਾਂ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਤੇ ਨਾਲ ਐਡਵੋਕੇਟ ਵੀ ਹੈਗੀ, ਉੱਥੇ ਦਫ਼ਤਰ ਬੈਠਿਆ ਕਰੂਗੀ, ਲੋਕਾਂ ਦੇ ਕੰਮ ਕਰਿਆ ਕਰੂਗੀ। ਹੁਣ ਸਰਦਾਰ ਸੁਖਬੀਰ ਸਿੰਘ ਨੇ ਕਦੋਂ ਜਿਹੜੀ ਕੋਰ ਕਮੇਟੀ ਕਦੋਂ ਬਣਾਉਂਦੇ ਇਹ ਨਹੀਂ ਪਤਾ, ਲੇਕਿਨ ਉਹਨਾਂ ਪਹਿਲੀ ਕਮੇਟੀ ਭੰਗ ਕਰਕੇ ਇੱਕ ਝਟਕੇ ਚ ਸਾਰੇ ਜਿਹੜੇ ਸੀ ਆਪਣੇ ਵਿਰੋਧੀ ਝਟਕਾ ਕੇ ਰੱਖਦੇ। ਬਿਲਕੁਲ। ਅੱਛਾ ਪੱਟੀ ਸਾਹਿਬ, ਨਾਲ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਹੇਦਾਰ ਅਕਾਲ ਤਖ਼ਤ ਨੂੰ ਆਪਣਾ ਸਪਸ਼ਟੀਕਰਨ ਸੌਂਪਿਆ, ਕੋਈ ਹੈ ਦੀ ਕੋਈ ਥੋੜੀ ਬਹੁਤੀ ਖੋਜ ਕੇ ਕੀ ਸਪਸ਼ਟੀਕਰਨ ਚ ਲਿਖਿਆ ਗਿਆ ਕੀ ਹੈ? ਬੇਸਿਕਲੀ ਇੱਕ 17 ਜਿਹੜਾ 17 ਅਕਤੂਬਰ 2015 ਨੂੰ, ਤੁਹਾਨੂੰ ਪਤਾ ਹੋਏਗਾ ਵੀ 24 ਸਤੰਬਰ 2015 ਨੂੰ ਸੋਢਾ ਸਾਹਿਬ ਨੂੰ ਮਾਫੀ ਦਿੱਤੀ ਜਾਂਦੀ ਤੇ 16 ਅਕਤੂਬਰ 2015 ਨੂੰ ਇਹ ਮਾਫੀ ਵਾਪਸ ਲਈ ਜਾਂਦੀ ਹੈ, ਡੋਂਗ ਮੱਚ ਜਾਂਦਾ ਤੇ 17 ਅਕਤੂਬਰ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਮੁੱਖ ਮੰਤਰੀ ਤੇ ਸਰਪ੍ਰਸਤ ਅਕਾਲੀ ਦਲ ਦੇ ਇੱਕ ਜਹੇਦਾਰ ਅਕਾਲ ਤਖ਼ਤ ਨੂੰ ਚਿੱਠੀ ਲਿਖਦੇ, ਪਹਿਲਾਂ ਸਾਡੇ ਕੋਲ ਜ਼ਿਕਰ ਨਹੀਂ ਕਿਤੇ ਆਇਆ, ਹੁਣ ਜ਼ਿਕਰ ਆ ਰਿਹਾ। ਉਹਦੇ ਵਿੱਚ ਜਹੇਦਾਰ ਨੂੰ ਕਹਿੰਦੇ ਵੀ ਜੋ ਘਟਨਾਵਾਂ ਵਾਪਰਨੀਆਂ ਨੇ ਇਹਦੇ ਲਈ ਮੈਂ ਬਹੁਤ ਚਿੰਤਤ ਹਾਂ,
ਮੇਰੀ ਦੁਖਦਾਈ ਪੀੜਾ ਮੇਰੇ ਦਿਲ ਦੇ ਵਿੱਚ, ਮੈਂ ਹਮੇਸ਼ਾ ਹੀ ਆਪਣੀ ਜ਼ਿੰਦਗੀ ਧਾਰਮਿਕ ਮਾਨਤਾਵਾਂ ਦੇ ਅਧੀਨ ਜੀ ਹੈ। ਮੈਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹਾਂ। ਇਹ ਮੰਦਭਾਗੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਜਿਹੜੀਆਂ ਵਾਪਰ ਰਹੀਆਂ, ਤੇ ਇਹ ਚਿੱਠੀ ਥੋੜ੍ਹੀ ਜਿਹੀ ਲਿਖ ਕੇ ਉਹਨਾਂ ਨੇ ਜਹਿੰਦਰ ਕਾਲ ਤਖਤ ਨੂੰ ਲਿਖੀ ਬਕਾਇਦ ਤੌਰ ਤੇ, ਜਿਹਦੀ ਅੱਜ ਜਦੋਂ ਆਪਣਾ ਸਪਸ਼ਟੀਕਰਨ ਆਇਆ ਵੀ ਮੈਂ ਨਿਮਾਣੇ ਸਿੱਖ ਨੂੰ ਅਕਾਲ ਤਖਤ ਤੇ ਪੇਸ਼ ਹੁੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਤੇ ਨਾਲ ਜਿਹੜੀ 17 ਅਕਤੂਬਰ 2015 ਨੂੰ ਚਿੱਠੀ ਲਿਖੀ ਸੀ ਬਕਾਇਦਾ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਉਹ ਨਾਲ ਅਟੈਚ ਕੀਤੀ ਗਈ। ਇਹ ਵੇਖੋ ਸਾਡਾ ਪਰਿਵਾਰ ਵੇਖੋ, ਮੇਰੇ ਫਾਦਰ ਚੁਣੀ ਚੁਣੇ ਕਿ ਲੇਕਿਨ ਆਪਣੇ ਮਨ ਦੇ ਵਿੱਚ ਉਹ ਪੰਥ ਦਾ ਤੇ ਗੁਰੂ ਗ੍ਰੰਥ ਦਾ ਕਿੰਨਾ ਦਰਦ ਰੱਖਦੇ ਸੀ। ਹੁਣ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਅਕਾਲ ਤਖ਼ਤ ਦੇ ਉੱਤੇ ਆਪਣਾ ਸਪਸ਼ਟੀਕਰਨ ਬੰਦ ਲਫਾ ਵਿੱਚ ਦੇ ਕੇ ਜਾਂਦੇ ਨੇ, ਉਦੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਥੇਦਾਰ ਦੀ 1 ਘੰਟਾ ਬੰਦ ਕਮਰਾ ਮੀਟਿੰਗ ਹੁੰਦੀ ਹੈ, ਫਿਰ ਉਹ ਆ ਕੇ ਆਪਣਾ ਸਪਸ਼ਟੀਕਰਨ ਦਿੰਦੇ ਆ ਤੇ ਸਪਸ਼ਟੀਕਰਨ ਪ੍ਰਧਾਨ ਵੀ ਆਪਣਾ ਦਿੰਦਾ ਵਾ। ਜਿਹੜਾ ਸਪਸ਼ਟੀਕਰਨ 1 ਸਕੱਤਰ ਦੀ ਡਿਊਟੀ ਸੀ ਉਹ ਪ੍ਰਧਾਨ ਦੇ ਰਿਹਾ ਵਾ, ਵੀ ਜਿਹੜੇ 90 ਲੱਖ ਦੇ ਇਸ਼ਤਿਹਾਰ ਸੀ ਉਹ ਕਿਹਦੇ ਆਦੇਸ਼ਾਂ ਦੇ ਤੇ ਕਿਵੇਂ ਖਰਚ ਕੀਤੇ ਗਏ, ਅਜੇ ਤੱਕ ਕੋਈ ਬੰਦ ਲਫਾ ਪਈ ਬਾਹਰ ਨਹੀਂ। ਮੈਂ ਥੋੜਾ ਜਿਹਾ ਪਿੱਛੇ ਲੈ ਚੱਲਾਂ, ਜਥੇਦਾਰ ਗੁਰਚਰਨ ਸਿੰਘ ਟੌਹੜਾ ਸੀਗੇ, ਇੱਕ ਪ੍ਰਧਾਨ ਸੀਗੇ, ਇੱਕ ਪ੍ਰਧਾਨ ਹੋਣ ਦੇ ਨਾਤੇ ਵੀ 27 ਸਾਲ ਪ੍ਰਧਾਨਗੀ ਕੀਤੀ ਆ, ਤੇ ਉਹਨਾਂ ਨੇ ਕੋਈ ਅੰਮ੍ਰਿਤਸਰ ਰਹਿਣ ਵਾਸਤੇ ਕੋਠੀ ਨਹੀਂ ਖਰੀਦੀ ਸੀ। ਕੋਠੀ 1 ਕਰੋੜ ਰੁਪਏ ਲਾ ਕੇ ਬੀਬੀ ਜਗੀਰ ਕੌਰ ਨੇ ਖਰੀਦੀ ਸੀ। ਉਹ ਇੱਕ ਛੋਟਾ ਜਿਹਾ ਕਮਰਾ ਸੀਗਾ ਦਫ਼ਤਰ ਦੇ ਵਿੱਚ ਬਣਿਆ ਸੀ, ਉੱਥੇ ਰਹਿੰਦੇ ਸੀ ਜਦੋਂ ਅੰਮ੍ਰਿਤਸਰ ਕੇ ਰਹਿੰਦੇ ਸੀ। ਉਹ ਜਿੱਥੇ ਤੱਕ ਬੁਲਾ ਦਿੰਦੇ ਆ, ਕਹਿੰਦਾ ਚਿੱਠੀਆਂ ਪੜ੍ਹ ਲਓ ਤੁਹਾਡੇ ਖਿਲਾਫ ਆਈਆਂ, ਤੁਸੀਂ ਵਿਦੇਸ਼ਾਂ ਜਾ ਕੇ ਡਾਲਰ ਤੇ ਪੌਂਡ ਇਕੱਠੇ ਕਰਨ ਜਾਂਦੇ ਹੋ, ਤੁਸੀਂ ਕੰਮ ਕੋਈ ਨੀ ਕਰਦੇ। ਬਿਲਕੁਲ, ਧਰਮ ਪ੍ਰਚਾਰ ਨਾਂ ਦੀ ਕੋਈ ਗੱਲ ਨੀ ਹੈਗੀ, ਇੱਥੇ ਪ੍ਰਚਾਰ ਹੋ ਗਿਆ, ਇੱਥੇ ਲੋਕ ਤੇ ਪਤੇ ਧੁੰਦੇ ਜਾ ਰਹੇ ਆ, ਸਿੱਕੀ ਛੱਡ ਜਾ ਰਹੇ ਨੇ, ਬਾਰਡਰ ਏਰੀਆ ਚਰਚਾ ਵਰਗੀ ਕਈ ਈਸਾਈ ਬਣਦੇ ਜਾ ਰਹੇ ਨੇ, ਇੱਥੇ ਪ੍ਰਚਾਰ ਹੋ ਗਿਆ, ਤੇ ਤੁਸੀਂ ਕੋਈ ਬੰਦੇ ਦੇ ਪੁੱਤਾਂ ਵਾਲਾ ਕੰਮ ਕਰੋ ਕਿ ਨਹੀਂ, ਜੇ ਨਹੀਂ ਤੇ ਫਿਰ ਮੈਂ ਐਗਜੈਕਟਿਵ ਤੇ ਮਤਾ ਲਿਆਊਂਗਾ, ਆਪੇ ਡਿਜੈਕਟਿਵ ਫੈਸਲਾ ਕਰ ਦੂ, ਤੂੰ ਰੱਖਣਾ ਨਹੀਂ ਰੱਖਣਾ। ਅੱਜ ਜਿੱਥੇ ਤੱਕ ਜਦੋਂ ਜੀ ਕਹਿੰਦਾ ਟੇਬਲ ਚੜ੍ਹਦੇ ਜਹਾਜ਼ ਤੇ ਵਾਪਸ ਚੱਲ ਜਾਂਦੇ, ਕੋਈ ਪੁੱਛਣਾ ਕੋਈ ਨਹੀਂ ਹੈਗਾ। ਜਥੇਦਾਰ ਆਪਣੀ ਬਕਾਇਦਾ ਤੌਰ ਤੇ ਮੁਲਾਜ਼ਮਾਂ ਦੇ ਵਿੱਚ ਜਿਹੜੀ ਸੀ ਉਹ ਜਿਹੜਾ ਸੇਵਾ ਵਜੋਂ ਤਨਖਾਹ ਕਹਿੰਦੇ ਲਾਈਨ ਚ ਲੱਗ ਕੇ ਨਹੀਂ ਹੁੰਦੇ ਸੀ, ਤੇ ਪੱਤਰਕਾਰਾਂ ਨੇ ਫਿਰ ਜਾ ਕੇ ਜਥੇਦਾਰ ਟੌਹੜਾ ਨੂੰ ਕਿਹਾ ਟੌਹੜਾ ਸਾਹਿਬ ਮਾੜੀ ਗੱਲ, ਜੇ ਤੁਸੀਂ ਉਹਨਾਂ ਨੂੰ ਸਤਿਕਾਰ ਜੋ ਕਹਿੰਦੇ ਤਾਂ ਫਿਰ ਸਤਿਕਾਰ ਕਰੋ ਉਹਨਾਂ ਦਾ। ਉਦੋਂ ਬਾਅਦ ਜਥੇਦਾਰ ਟੌਹੜਾ ਨੇ ਫਿਰ ਇੰਨੀ ਗੱਲ ਕਹੀ ਸੀ, ਅੱਜ ਤੋਂ ਬਾਅਦ ਲਾਈਨ ਚ ਲੱਗਣਗੇ, ਲਫਾਫੇ ਚ ਬੰਦ ਹੋ ਕੇ ਇਹਨਾਂ ਦੇ ਦਫ਼ਤਰ ਜਾ ਕੇ ਇਹਨਾਂ ਦਾ ਸੇਵਾ ਪੂਜਾ ਕਰਾਂਗੇ। ਇਸ ਕਰਕੇ ਜਥੇਦਾਰ ਜਿਹੜੇ ਆ ਉਹ ਵੀ ਮਨਮਾਨੀਆਂ ਕਰਦੇ ਆ, ਤੇ ਹੁਣ ਉਹਨਾਂ ਨੇ ਕੋਈ ਗੱਲ ਨੀ ਕੀਤੀ, ਉਹ ਕਹਿੰਦੇ ਜੀ ਬੰਦ ਲਫਾਫਾ ਸਾਡੇ ਕੋਲ ਸਪਸ਼ਟੀਕਰਨ ਆ ਗਿਆ ਵਾ,
ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਦੇ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਵੀ ਦੇ ਗਿਆ। ਇਹ ਅਸੀਂ ਪੰਜ ਸਿੰਘ ਸਾਹਿਬ ਦੀ ਮੀਟਿੰਗ ਜਲਦੀ ਵਧਾ ਕੇ ਉਹਦੇ ਵਿੱਚ ਵਿਚਾਰਾਂਗੇ, ਵਿਚਾਰਨ ਤੋਂ ਬਾਅਦ ਸੋਚਾਂਗੇ ਕਿੰਨਾ ਚਿਰ ਵਿਚਾਰ ਦੇ ਰਹਿੰਦੇ ਨੇ ਜੀ। ਦੋਸਤੋ ਛੋਟੀ ਜੀ ਅਸੀਂ ਬ੍ਰੇਕ ਲੈਣੀ ਆ, ਦੋ ਤਿੰਨ ਵੱਡੀਆਂ ਖਬਰਾਂ ਨੇ। ਇੱਕ ਤਾਂ ਦਿੱਲੀ ਵਿੱਚ ਗੈਂਗਸਟਰ ਆਨੰਦਪਾਲ ਸਿੰਘ ਦਾ ਮੁਕਾਬਲਾ ਚਰਚਾ ਦੇ ਵਿੱਚ ਹੈ, ਫਰਜ਼ੀ ਨਿਕਲਿਆ। ਜਿਵੇਂ ਪੰਜਾਬ ਦੇ ਵਿੱਚ ਝੂਠੇ ਮੁਕਾਬਲੇ ਹੁੰਦੇ ਸੀ, ਇਸੇ ਤਰ੍ਹਾਂ ਹੀ ਹੈ। ਆਮ ਆਦਮੀ ਪਾਰਟੀ ਚਰਚਾ ਦੇ ਵਿੱਚ ਹੈ, ਕਹਿੰਦੇ 4.16 ਕਰੋੜ ਰੁਪਏ ਖਰਚੇ ਨੇ ਬਠਿੰਡਾ ਰੈਲੀ 'ਤੇ, VVIP ਕਹਿੰਦੇ ਟੋਇਲਟਾਂ ਵੀ ਬਣੀਆਂ ਨੇ। ਖੈਰ ਐਨੀਵੇ, ਇੱਕ ਸਭ ਤੋਂ ਵੱਡਾ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਬਿਕਰਮਜੀਤ ਸਿੰਘ ਸਾਨੀ, ਉਹਨਾਂ ਦੀ ਖਬਰ ਹੈ। ਅਤੇ ਇਹ ਵੀ ਪਤਾ ਲੱਗਾ ਹੈ ਕਿ ਮੁਜ਼ਾਹਰਾ ਤਾਂ ਕੀਤਾ ਆਮ ਆਦਮੀ ਪਾਰਟੀ ਵਾਲੇ ਨੇ, ਪੰਜਾਬ ਦੀਆਂ ਮੰਗਾਂ ਦਾ ਕੀਤਾ ਜਾਂ ਫਿਰ ਕੁਝ ਹੋਰ ਹੈ ਸੰਸਦ ਦੇ ਸਾਹਮਣੇ। ਇਹ ਦੋ ਤਿੰਨ ਖਬਰਾਂ ਨੇ। ਤੁਹਾਡੀ ਕੋਈ ਸਵਾਲ ਹੋਵੇ ਤੁਸੀਂ ਕਾਲ ਕਰ ਸਕੋਗੇ 905-800-1313-1320। ਪੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਛੋਟੀ ਜਿਹੀ ਬ੍ਰੇਕ ਦੇਣ ਲਈ, ਧੰਨਵਾਦ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ। ਆਓ ਫਿਰ ਅਗਲਾ ਸਵਾਲ ਕਰਾਂਗੇ ਸਰਦਾਰ ਜਸਪੀਰ ਸਿੰਘ ਜੀ ਪੱਟੀ ਸਾਹਿਬ ਨੂੰ, ਪਰੰਤੂ ਉਸ ਤੋਂ ਪਹਿਲਾਂ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਨੇ ਕਟਾਰੀਆ ਟੂਰਸ ਐਂਡ ਟਰੈਵਲ। ਦਿੱਲੀ ਦੀ $815 ਦੀ ਰਿਟਰਨ ਟਿਕਟ ਲਾਈ ਹੈ ਜੀ ਉਹਨਾਂ ਨੇ, ਟਰਾਂਟੋ ਟੂ ਦਿੱਲੀ 815, ਟਰਾਂਟੋ ਟੂ ਦਿੱਲੀ ਜਾਣਾ 815, ਟਰਾਂਟੋ ਟੂ ਸ੍ਰੀ ਅੰਮ੍ਰਿਤਸਰ ਜਾਣਾ 950, ਰਿਟਰਨ ਫੇਅਰ ਦੇ ਵਿੱਚ ਟਰਾਂਟੋ ਟੂ ਸ੍ਰੀ ਅੰਮ੍ਰਿਤਸਰ $2,215। ਕੱਲ੍ਹ ਘੱਟ ਸੀ, ਅੱਜ $5-7 ਵੱਧ ਗਏ। ਟਰਾਂਟੋ ਟੂ ਦਿੱਲੀ 1590, ਟਰਾਂਟੋ ਟੂ ਮੁੰਬਈ 1529। ਆਲਸੋ ਅੱਜ ਮੈਕਸੀਕੋ ਦਾ ਪੈਕੇਜ ਭੇਜਿਆ ਜੀ, 6 ਰਾਤਾਂ 7 ਦਿਨ, ਕਿੰਨੇ ਦਾ? $885 ਦਾ। ਉਸੀ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ ਅਪਲਾਈ ਕਰਨਾ, PR ਲਈ ਅਪਲਾਈ ਕਰਨਾ, ਜਾਂ ਤੁਸੀਂ ਪਾਕਿਸਤਾਨ ਵਿਚਲੇ ਗੁਰੂਧਾਮਾਂ ਦੀ ਯਾਤਰਾ ਆਸਾਨ ਕਿਸ਼ਤਾਂ 'ਤੇ ਥੋੜ੍ਹੇ ਥੋੜ੍ਹੇ ਪੈਸੇ ਦੇ ਕੇ ਕਰਨਾ ਚਾਹੋ ਤਾਂ ਕਾਲ ਕਰ ਲਓ। ਕਟਾਰੀਆ ਟੂਰਸ ਐਂਡ ਟਰੈਵਲ 11 ਵਜੇ ਤੱਕ ਖੁੱਲ੍ਹਦੇ ਨੇ, 2883 ਡੈਰੀਵੁੱਡ ਐਟ ਏਅਰਪੋਰਟ, 4550 EBN0, 905-678-1200। ਹਾਂਜੀ ਪੱਟੀ ਸਾਹਿਬ, ਧੰਨਵਾਦ ਤੁਹਾਡਾ। ਪੰਜਾਬ ਦੀਆਂ ਮੰਗਾਂ ਦੀ ਬਜਾਏ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ, ਖਬਰਾਂ ਮੈਂ ਪੜ੍ਹ ਰਿਹਾ ਸੀਗਾ ਅਤੇ ਹਾਸਾ ਵੀ ਆ ਰਿਹਾ ਸੀ, ਵੀ ਚੁਣਿਆ ਤਾਂ ਇਹਨਾਂ ਨੇ ਪੰਜਾਬੀਆਂ ਨੇ ਆ ਕਿ ਸਾਡੀਆਂ ਤੁਸੀਂ ਮੰਗਾਂ ਛੰਗਾਂ ਬਾਰੇ ਖਿਆਲ ਰੱਖਣਾ, ਇਹ ਜਾ ਕੇ ਉੱਥੇ ਕਹਿੰਦੇ ਕਿ ਕੇਜਰੀਵਾਲ ਦੀ ਰਿਹਾਈ ਲਈ ਰੋਸ ਵਿਖਾਵਾ ਕਰਦੇ ਪਏ ਸੀ। ਇਹਨਾਂ ਨੇ ਸੰਸਦ ਦੇ ਵਿੱਚ ਬਾਹਰ ਜਿਹੜਾ ਬਕਾਇਦਾ ਤੌਰ ਤੇ ਜਿਹੜਾ ਮੁਜ਼ਾਹਰਾ ਕੀਤਾ, ਇਹਨਾਂ ਰੋਸ ਵਿਖਾਵਾ ਕੀਤਾ 5-7 ਬੰਦਿਆਂ ਨੇ, ਇਹਨਾਂ ਦੇ ਮੈਂਬਰਾਂ ਨੇ, ਰਾਜ ਸਭਾ ਮੈਂਬਰਾਂ ਤੇ ਲੋਕ ਸਭਾ ਮੈਂਬਰਾਂ ਨੇ, ਉਹ ਸਿਰਫ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਨਹੀਂ, ਉਹ ਸਿਰਫ ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਕੀਤਾ। ਅੱਛਾ ਜੀ। ਦੂਸਰੇ ਪਾਸੇ ਜਿਹੜੇ ਕਾਂਗਰਸੀ ਸੀ, 6-7 ਬੰਦੇ ਇਹਨਾਂ ਦੇ ਆਪਣੇ MLA MMP, ਉਹਨਾਂ ਨੇ ਮੁਜ਼ਾਹਰਾ ਪੰਜਾਬ ਨੂੰ ਲੈ ਕੇ ਕੀਤਾ ਉੱਥੇ, ਉਹਨਾਂ ਪੰਜਾਬ ਨੂੰ ਲੈ ਕੇ ਕੀਤਾ ਵੀ ਪੰਜਾਬ ਨਾਲ ਕੇਂਦਰ ਨੂੰ ਇੰਨੀ ਐਲਰਜੀ ਕਿਉਂ, ਪੰਜਾਬ ਨੂੰ ਦੇਣਾ ਤਾਂ ਕੁਝ ਵੱਖਰੀ ਗੱਲ ਸੀ, ਪੰਜਾਬ ਦਾ ਨਾਂ ਤੱਕ ਨਹੀਂ ਲਿਆ ਗਿਆ ਇਹ ਪੰਜਾਬ ਹੈਗਾ। ਵੈਸੇ ਤਾਂ ਨਾਂ ਹਰਿਆਣਾ ਵੀ ਲਿਆ ਤੇ ਉਹਦੇ ਪਰਥੂ ਪਿਆ ਗਿਆ ਉੱਥੇ, ਮੈਨੂੰ ਲੱਗਦਾ ਵੀ ਰਿਊ ਬਜਟ ਦੇ ਵਿੱਚ ਨਾਂ ਲਿਆ ਜਾਊਗਾ ਹਰਿਆਣੇ ਦਾ। ਤੇ ਪੰਜਾਬ ਬਾਰੇ ਵੇਖੋ, ਪੰਜਾਬ ਨੂੰ, ਪੰਜਾਬ ਜੇ ਬਰਬਾਦ ਹੋ ਗਿਆ ਤੇ ਦੇਸ਼ ਬਰਬਾਦ ਹੋ ਜਾਊਗਾ। ਪੰਜਾਬ ਦੀ ਬਰਬਾਦੀ ਜਿਹੜੀ ਆ ਇਹ ਖੜਕ ਪੰਜਾਬ ਦੇਸ਼ ਦੀ ਹੈਗੀ ਆ। ਅੱਜ ਇੱਥੋਂ ਦੇ ਨੌਜਵਾਨ ਅੱਜ ਵੀ ਬਕਾਇਦਾ ਤੌਰ ਤੇ 20 ਦੁਸ਼ਮਣਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੇ ਨੇ। ਤੁਹਾਡੇ ਸਾਹਮਣੇ ਗਲਵਾਨ ਘਾਟੀ ਦੇ ਵਿੱਚ
ਚਾਲੀਆਂ ਨਾਲ ਜਿਹੜੇ ਸੀ ਉਹ ਦੋ ਹੀ ਲੜਦੇ ਰਹੇ ਸੀ ਸਾਡੇ ਸਿੱਖ ਮੁੰਡੇ ਜਿਹੜੇ ਸੀ, ਫੇਰ ਵੀ ਇਹਨਾਂ ਨੇ ਮੰਨਿਆ ਸੀ ਵੀਹ ਬੰਦੇ ਮਾਰੇ ਨੇ ਉਹਨਾਂ ਦੇ, ਸਾਡੇ ਵੀ ਮੁੜ ਕੇ ਦਸ ਬਾਰਾਂ ਬੰਦੇ ਮਰੇ ਸੀ ਨੀ ਮੇਰੇ ਜਿੱਥੇ ਮਰੇ ਸੀਗੇ, ਲੇਕਿਨ ਇਹ ਆ ਕਿ ਅੱਜ ਵੀ ਇਹਨਾਂ ਨੂੰ ਇਸ ਗੱਲ ਦਾ ਪਤਾ, ਲੇਕਿਨ ਫੇਰ ਵੀ ਪੰਜਾਬ ਨਾਲ ਵਿਤਕਰਾ ਕਿਉਂ? ਅੱਜ ਫਿਰ ਉਹੀ ਗੱਲ ਆਪਾਂ ਕੱਲ ਵੀ ਗੱਲ ਕੀਤੀ ਸੀ, ਜਿਹੜੇ ਆ ਸਿੱਖ ਬੀਜੇਪੀ ਚ ਬੈਠੇ ਨੇ ਪੱਗਾਂ ਦਾ ਸਿਰ ਫਸਾਈ ਬੈਠੇ, ਉਹਨਾਂ ਨੂੰ ਥੋੜਾ ਪਤਾ ਹੁਣ ਜਾ ਕੇ ਗੱਲ ਪੈਣਾ ਚਾਹੀਦਾ ਬੀਜੇਪੀ ਦੇ ਵੀ, ਭਾਈ ਸਾਡੀ ਤੇ ਬਦਨਾਮੀ ਹੋਣ ਡਈ ਹੈ, ਸਾਨੂੰ ਤੇ ਪੁੱਛਦਾ ਕੋਈ ਨੀ, ਲੋਕ ਸਾਨੂੰ ਧੱਕੇ ਮਾਰਨ ਤਿਆਰ ਰੱਖੇ ਹੋਏ ਆ, ਕੋਈ ਨੀ ਸ਼ਾਮੇ ਬਵਾਂਗੇ। ਹਾਂਜੀ ਇਹ ਉਹ ਲੋਕ ਨੇ, ਇਹ ਵੈਸੇ ਟਪੂਸੀ ਮਾਰ ਕੇ ਆ ਸਕਦੇ ਆ, ਜਦੋਂ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਮਾਮਲਾ ਗੜਵਾਇਆ ਸੀ, ਪਤਾ ਲੱਗਾ ਕਿ ਦਿੱਲੀ ਦੀ ਪੁਲਿਸ ਤੇ ਜਿਹੜੀ ਆ ਉਹ ਸੈਂਟਰ ਤੇ ਹੱਕ ਚਾਹੁੰਦੀ ਤੇ ਮੁੜ ਕੇ ਜਾ ਕੇ ਹਾਂਜੀ ਘਰ ਬਹਿ ਗਿਆ ਸਰ, ਹਨਾ ਬਿਲਕੁਲ ਬਿਲਕੁਲ ਪੱਛਮੀ ਬੰਗਾਲ ਦੇ ਵਿੱਚ ਇੱਕ ਆਈ ਪੀ ਐਸ ਅਫਸਰ ਨੂੰ ਖਾਲਸਾ ਨੀ ਕਿਹਾ ਸੀ ਬੀਜੇਪੀ ਵਾਲਿਆਂ ਨੇ, ਇਹ ਕਹਿੰਦੇ ਜੀ ਝੂਠ ਬੋਲਦਾ, ਅਗਲੇ ਵੀਡੀਓ ਜਾਣੀ ਸਮਝ ਰੱਖਤੀ ਜੀ ਇਹ ਚਲੋ ਕਹਿ ਰਿਹਾ ਨੀ ਵੇ, ਇਹ ਉਹ ਇਤਿਹਾਸ ਦੇ ਵਿੱਚ ਦੱਸਣਗੇ ਇਹੋ ਜਿਹੇ ਨਮੂਨੇ ਵੀ ਹੈਗੇ ਸੀ ਸਿੱਖਾਂ ਦੇ ਵਿੱਚ, ਹਨਾ। ਆਮ ਆਦਮੀ ਪਾਰਟੀ ਨੇ ਬਠਿੰਡਾ ਰੈਲੀ 'ਤੇ ਕਹਿੰਦੇ ਖਰਚ ਕੀਤੇ 4.16 ਕਰੋੜ, ਜੀ ਇੱਕ ਰੈਲੀ 'ਤੇ ਇੰਨੇ ਖਰਚ ਕਰਨ ਦਾ ਹੱਕ ਹੈ? ਭਾਈ ਅੰਮ੍ਰਿਤਪਾਲ ਨੂੰ ਤਾਂ ਚੈਲੰਜ ਕਰ ਦਿੱਤਾ, ਅਤੇ ਇੱਧਰ ਕੀ ਇਹ ਮੌੜ ਮੰਡੀ 'ਚ ਰੰਗੀ ਰੈਲੀ ਸ਼ਬਦਨ ਜੀ, ਇੱਕ ਮੌੜ ਮੰਡੀ ਚ ਹੋਈ ਸੀ, ਦੂਜੇ ਲੱਖੇ ਸਧਾਣੇ ਨੇ ਕੀਤੀ ਸੀ, ਉੱਥੇ ਲੋਕ ਵੱਡੀ ਗਿਣਤੀ ਗਏ ਸੀ ਭਾਨੇ ਸਿੱਧੂ ਨੂੰ ਲੈ ਕੇ। ਇਹ ਮੌੜ ਮੰਡੀ ਜਦੋਂ ਰੈਲੀ ਹੋਈ ਸੀ ਲੋਕ ਇਕੱਠੇ ਕੀਤੇ ਸੀ ਤੇ 4,16,00,000 ਰੁਪਏ ਇਸ ਰੈਲੀ ਚ ਖਰਚ ਕੀਤੇ ਗਏ ਸੀ, ਕੇਜਰੀਵਾਲ ਸਾਹਿਬ ਆਏ ਸੀਗੇ, 23 ਏਕੜ ਫਸਲ ਬਰਬਾਦ ਕਰਕੇ ਬਕਾਇਦਾ ਤੌਰ ਤੇ ਹੈਲੀਪੈਡ ਬਣਾਇਆ ਗਿਆ ਸੀਗਾ ਮੀਡੀਆ ਦੇ ਉੱਤੇ, ਤੇ ਬਕਾਇਦਾ ਤੌਰ ਤੇ ਵੀ ਆਈ ਪੀ ਨੂੰ ਰੋਟੀ ਦੇਣ ਤੇ ਖਾਣਾ ਦੇਣ ਤੇ 16 ਲੱਖ ਰੁਪਏ ਕੀਤੇ ਜੀ, 3 ਲੱਖ ਰੁਪਏ ਐਂਟਰਟੇਨਮੈਂਟ ਵਾਸਤੇ ਕੋਈ ਲਿਆਂਦਾ ਉਹਨੇ ਕਿਸੇ ਗਾਉਣ ਵਾਲੀ ਬੀਬੀ ਨੂੰ, ਜਿਹੜੇ ਵਰਕਰ ਸ਼ਾਮਿਲ ਹੋਏ ਉਹਦੇ 25 ਲੱਖ ਰੁਪਇਆ ਉਹਨਾਂ ਤੇ ਰੋਟੀ ਖਾਣ ਤੇ ਖਰਚ ਕੀਤਾ ਸੀ। ਇਹ ਅਸੀਂ ਨੀ ਕਹਿ ਰਹੇ, ਇਹ ਬਠਿੰਡੇ ਦਾ ਰਾਜਨ ਨਾਂ ਦਾ ਇੱਕ ਵਿਅਕਤੀ ਆ, ਉਹਨੇ ਇਹ ਜਾਣਕਾਰੀ ਬਕਾਇਦਾ ਤੌਰ ਤੇ ਜਿਹੜੀ ਆ ਉਹ ਆਰ ਟੀ ਆਈ ਤਹਿਤ ਲਈ ਹੈ, ਉਹ ਕਹਿ ਰਿਹਾ। ਜੇ ਇੱਕ ਰੈਲੀ ਦੇ ਉੱਤੇ 4,16,00,000 ਰੁਪਇਆ ਤੁਸੀਂ ਖਰਚ ਕੀਤਾ ਤੇ ਫਿਰ ਤੁਸੀਂ ਆਮ ਆਦਮੀ ਨਹੀਂ ਖਾਸ ਤੋਂ ਖਾਸ VVIP ਬਣ ਗਏ ਤੁਸੀਂ। ਬਾਬਾ ਇਸ ਕਰਕੇ ਉਹ ਵੀ ਆਉਣ ਮੁੱਦਾ ਬਣੇਗਾ, ਇਹਨਾਂ ਦਾ ਜਵਾਬ ਦੇਣਾ ਪਊਗਾ ਵੀ 4,16,00,000 ਰੁਪਇਆ ਚੂਨਾ ਲਾਇਆ ਤੁਸੀਂ ਸਰਕਾਰੀ ਖਜ਼ਾਨੇ ਨੂੰ, ਇਹਦਾ ਜਵਾਬ ਵੀ ਦੇ ਦਿਓ ਸਾਨੂੰ। ਬਿਲਕੁਲ ਵੇਖ ਲਓ ਜਦੋਂ ਇਹ ਮਨ ਮਰਜ਼ੀਆਂ ਕਰਦੇ ਨੇ ਰਾਜਨੀਤਿਕ ਲੋਕ, ਉਹ ਬਾਬਾ ਨਜ਼ਮੀ ਕਹਿੰਦਾ ਸੀ ਨਾ ਕੁਝ ਮੁਸਟੰਡੇ ਇੱਧਰ ਵੀ ਨਹੀਂ ਤੇ ਉੱਧਰ ਵੀ, ਹਾਂਜੀ ਬਿਲਕੁਲ। ਤੇ ਇਹ ਜਦੋਂ ਆਪਣੀ ਮਨ ਮਰਜ਼ੀ ਕਰਨੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਝੀਲ ਬਣਾ ਦਿੱਤੀ ਸੀ, ਕਿੰਨਾ ਪਾਣੀ ਤੇ ਕਿੰਨੀ ਫਸਲ ਖਰਾਬ ਕੀਤੀ ਸੀ, ਹੈ ਸਿਰਫ ਇੱਕ ਬੋਰਡ ਚਲਾਉਣ ਵਾਲੇ, ਹਾਂਜੀ ਇਹ ਕਿਹੜੇ ਘੱਟ ਨੇ, ਕੋਈ ਘੱਟ ਹੈ ਕੋਈ ਵੱਧ ਹੈ, ਸਾਰੇ ਇੱਕੋ ਜਿਹੇ ਨੇ, ਹਮਾਮ ਦੇ ਵਿੱਚ ਸਭ ਨੰਗੇ ਨੇ ਇਹ,
4.16 ਉਹ ਦੱਸਦਾ ਕਹਿੰਦਾ VVIP ਟੋਇਲਟ ਆ, ਪਤਾ ਨਹੀਂ ਕਿੰਨੇ ਦੀਆਂ ਬਣਾਈਆਂ, ਮੈਂ ਸੁਣ ਰਿਹਾ ਸੀ ਉਹਨੂੰ। ਹਾਂਜੀ ਝਾੜੂ ਵਾਲਿਓ ਆ ਜਾਓ, ਕੋਈ ਗੱਲ ਕਰਨੀ ਹੋਵੇ ਤਾਂ 905-813-1320। ਅਸੀਂ ਆਪਣੇ ਵੱਲੋਂ ਨੀ, ਕਿਸੇ ਨੇ ਇੱਕ RTI ਦੀ ਰਿਪੋਰਟ ਕੱਢ ਕੇ ਦੱਸਿਆ ਤੁਹਾਨੂੰ ਕਿ ਆਹ ਖਰਚਾ ਹੋਇਆ। ਬਠਿੰਡੇ ਦਾ ਨਿਵਾਸੀ ਰਾਜਨ ਆ ਜਿਹਨੇ RTI ਤੇ ਰਿਪੋਰਟ ਲਈ ਹੈ। ਅੱਛਾ ਚਲੋ, ਆਖਰੀ ਕੁਐਸਚਨ ਆ, 2017 ਵਾਲਾ ਦਿੱਲੀ ਵਿੱਚ ਮਾਰੇ ਗਏ ਗੈਂਗਸਟਰ ਆਨੰਦਪਾਲ ਸਿੰਘ ਦੇ ਮੁਕਾਬਲੇ ਨੂੰ ਅਦਾਲਤ ਨੇ ਫਰਜ਼ੀ ਦੱਸਿਆ, ਕੀ ਕਹਿਣਾ ਚਾਹੋਗੇ? ਕਲੋਜ਼ਰ ਕਹਿੰਦੇ ਰਿਪੋਰਟ ਲੈਣ ਤੋਂ ਵੀ ਇਨਕਾਰ ਕੀਤਾ। 2016 ਦੇ ਵਿੱਚ ਬਕਾਇਦਾ ਤੌਰ ਤੇ ਦਿੱਲੀ ਦੇ ਵਿੱਚ ਇੱਕ ਸਿੱਲੀ ਵਰਕ ਸਿੰਡੀਕੇਟ ਦੇ ਨਾਮ ਦੀ ਹੈਗੀ ਜਗ੍ਹਾ, ਉੱਥੇ ਇਹਦਾ ਮੁਕਾਬਲਾ ਬਣਾਇਆ ਦਰਸਾਇਆ ਗਿਆ ਸੀ। ਤੇ ਜਦੋਂ ਇਹਦਾ ਪੋਸਟਮਾਰਟਮ ਹੋਇਆ, ਪੋਸਟਮਾਰਟਮ ਬਾਅਦ ਤੋਂ ਇਹ ਕੇਸ ਚੱਲਦਾ ਰਿਹਾ ਤੇ ਹੁਣ GB ਨੇ ਕਹਿਤਾ ਜੀ ਇਹਦੇ ਚ ਹੋਰ ਕੁਛ ਅੱਗੇ ਕਰਨ ਵਾਲਾ ਨਹੀਂ ਹੈਗਾ, ਇਹ ਕੇਸ ਕਲੋਜ਼ ਕੀਤਾ ਜਾਵੇ। ਲੇਕਿਨ ਜਿਹੜੇ ਪੀੜਤ ਸੀਗੀ ਉਹਦੀ ਪਤਨੀ, ਉਹਨੇ ਕਿਹਾ ਨਹੀਂ। ਉਹਨਾਂ ਦੇ ਵਕੀਲ ਨੇ ਕਿਹਾ ਜੀ ਆਹ ਮੈਡੀਕਲ ਰਿਪੋਰਟ ਚੁੱਕੋ, ਇਹ ਕਹਿੰਦੇ ਵੀ 6 ਗੋਲੀਆਂ ਮਾਰੀਆਂ ਤੇ ਵੇਖੋ ਕਿੰਨੀ ਨੇੜਿਓਂ ਗੋਲੀ ਮਾਰੀ ਇਹਨਾਂ ਨੂੰ। ਦੂਸਰੀ ਚੀਜ਼ ਤੇ ਸੱਟਾਂ ਸਰੀਰ ਤੇ ਕਿੰਨੀਆਂ ਹੈਗੀਆਂ, ਮਤਲਬ ਇੰਟੈਰੋਗੇਟ ਕਿੰਨਾ ਕੀਤਾ ਗਿਆ ਇਹਨੂੰ। ਇਸ ਕਰਕੇ ਝੂਠਾ ਮੁਕਾਬਲਾ ਵਾ ਤੇ ਕਲੋਜ਼ ਰਿਪੋਰਟ ਨਹੀਂ ਲੈਣੀ ਚਾਹੀਦੀ ਹੈ। ਤੇ ਉਹਦੇ ਉੱਤੇ ਬਹਿਸ ਹੋਈ ਹੈ ਤੇ ਬਹਿਸ ਤੋਂ ਬਾਅਦ ਜਿਹੜੀ ਜੋਧਪੁਰ ਦੀ ਅਦਾਲਤ ਨੇ ਆਪਣਾ ਫੈਸਲਾ ਸੁਣਾਤਾ ਵੀ 5 ਪੁਲਿਸ ਅਧਿਕਾਰੀਆਂ ਤੇ ਮੁਕੱਦਮਾ ਚੱਲੂਗਾ, ਜਿਹਦੇ ਵਿੱਚ 2 SP ਨੇ ਤੇ ਬਾਕੀ ਕਾਂਸਟੇਬਲ ਨੇ ਤੇ 2 ਠੰਡਾ ਜੀ। ਵੀ ਇਹਨਾਂ ਦੇ ਹੁਣ ਮੁਕੱਦਮਾ ਚੱਲੂਗਾ ਵੀ ਇਹਨਾਂ ਨੇ ਝੂਠਾ ਪੁਲਿਸ ਮੁਕਾਬਲਾ ਕਿਉਂ ਬਣਾਇਆ, ਭਾਵੇਂ ਉਹ ਗੈਂਗਸਟਰ ਸੀ, ਇੱਕ ਵੱਖਰੀ ਗੱਲ ਆ। ਬਿਲਕੁਲ, ਉਹਦੇ ਉੱਤੇ ਸਰਕਾਰ ਨੇ ਉਹਨੂੰ ਫੰਡ ਵਾਸਤੇ 8 ਕਰੋੜ ਰੁਪਏ ਖਰਚ ਕੀਤਾ ਸੀ। ਤੇ ਹੁਣ ਸਮਝ ਲਓ, ਚਲੋ ਭਾਵੇਂ 8 ਕਰੋੜ ਖਰਚ ਕੀਤਾ, ਵੱਖਰੀ ਗੱਲ, ਸਰਕਾਰ ਦੀ ਡਿਊਟੀ ਬਣਦੀ ਹੈ। ਲੇਕਿਨ ਜਿਹੜਾ ਉਹਨੂੰ ਕਾਨੂੰਨ ਸਜ਼ਾ ਦਿੰਦਾ ਵਧੀਆ ਨਹੀਂ ਸੀਗਾ, ਸਜ਼ਾ ਦੇ ਝੂਠਾ ਮੁਲਟ ਮੁਕਾਬਲਾ ਬਣਾਤਾ। ਪੰਜਾਬ ਦੇ ਵਿੱਚ ਤੁਸੀਂ ਭੁਗਤ ਰਹੇ ਨਾ ਵਕੀਲ ਲੋਕ, ਸਾਡੇ ਪੁਲਿਸ ਵਾਲੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ। ਬਿਲਕੁਲ, ਹੁਣ CBI ਵੇਖੋ, CBI ਜਾਣਕਾਰੀ ਹੈ ਤੇ CBI ਕਲੋਜ਼ਰ ਰਿਪੋਰਟ ਦੇ ਰਹੀ ਹੈ। ਇਸੇ CBI ਨੇ ਸਾਡੀ ਬਕਾਇਦਾ ਤੌਰ ਤੇ ਬਰਗਾੜੀ ਦੀ ਵੀ ਕਲੋਜ਼ਰ ਰਿਪੋਰਟ ਦਿੱਤੀ ਸੀਗੀ। ਜਦੋਂ ਪੰਜਾਬ ਵਿਧਾਨ ਸਭਾ ਦੇ ਵਿੱਚ 2 ਅਗਸਤ 2018 ਨੂੰ ਬਕਾਇਦਾ ਤੌਰ ਤੇ ਇੱਕ ਮਤਾ ਪਾਸ ਕਰਕੇ ਵਾਪਸ ਲਈ ਗਈ, ਹਾਈਕੋਰਟ ਨੇ ਕਿਹਾ ਵਾਪਸ ਜੋ, ਮੁੜ ਕੇ ਕਹਿੰਦੇ ਤੁਹਾਨੂੰ ਪ੍ਰੂਫ ਮਿਲ ਗਿਆ ਜੀ ਅਸੀਂ ਹੋਰ ਕੇਸ ਚਲਾਉਣਾ ਚਾਹੁੰਦੇ ਜੀ, ਕਹਿੰਦੇ ਨੋ, ਹੁਣ ਪੰਜਾਬ ਪੁਲਿਸ ਕਰੂਗੀ ਸਭ ਕੁਛ ਜੀ। ਜਿਹੜੇ ਪੰਜਾਬ ਪੁਲਿਸ ਨੇ ਕੀਤਾ DIG ਨੇ, ਹੁਣ ਉਹ ਵੀ ਤਰੀਕਾ ਪੁੱਤਰਿਆ ਵਾ ਜੀ। ਉਹਦੀ ਵੀ ਕੱਲ ਮੈਂ ਕਹਿੰਦਾ ਪੁੱਛ ਪੜਤਾਲ ਹੋਈ ਰਣਵੀਰ ਸਿੰਘ ਕੱਟੜੇ ਦੀ, ਜੋ ਜੀ ਬਿਆਨ ਬੰਦ ਕਲਮਬੰਦ ਕਰਾਓ ਆਪਣੇ, ਤੁਸੀਂ ਕੀ ਕੀਤਾ ਉਦੋਂ ਜੀ। ਬਟ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ, ਸਤਿ ਸ੍ਰੀ ਅਕਾਲ। ਦੋਸਤੋ, ਤੁਸੀਂ ਸੁਣੀਆਂ ਨੇ ਗੱਲਾਂ ਬਾਤਾਂ ਸਰਦਾਰ ਜਸਬੀਰ ਸਿੰਘ ਪੱਟੀ, ਪੱਤਰਕਾਰੀ ਦੇ ਬਾਬਾ ਬੋੜ ਨੇ, ਔਰ ਤੁਸੀਂ ਐਵਰੀਡੇ ਉਹਨਾਂ ਦੀ ਮੰਡੇ ਟੂ ਫਰਾਈਡੇ ਸਾਡੇ ਨਾਲ ਗੱਲਬਾਤ ਸੁਣਦੇ ਹੋ। ਰਾਤ ਦੇ ਸ਼ੋਅ ਦੇ ਵਿੱਚ 2 ਘੰਟੇ 'ਚ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਹਿੰਦੀ ਸਮਾਚਾਰ ਅੰਜੂ ਜੀ ਉੱਤੇ ਡਿਸਕਸ ਵੀ ਕਰਦੇ ਹਾਂ, ਮੇਰੇ ਪਾਸ ਖਬਰਾਂ ਹੁੰਦੀਆਂ ਨੇ ਅਤੇ ਮਿੰਟੂ ਗੁਰਸਰੀਆ ਹਾਜ਼ਰ ਹੁੰਦੇ ਨੇ। ਸਵੇਰ ਦੇ ਪ੍ਰੋਗਰਾਮ ਦੇ ਵਿੱਚ ਭਾਊ ਸਰਦਾਰ ਜਸਬੀਰ ਸਿੰਘ ਪੱਟੀ ਖੁੱਲ੍ਹ ਕੇ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ, ਤੁਸੀਂ ਸਵਾਲ ਕਰਨਾ ਚਾਹੋ ਤਾਂ ਐਨੀ ਟਾਈਮ ਉਹਨਾਂ ਨੂੰ ਚੱਲ ਰਹੇ ਸ਼ੋਅ ਦੇ ਦਰਮਿਆਨ ਕਾਲ ਕਰ ਸਕਦੇ ਹੋ। ਮੈਂ ਧੰਨਵਾਦੀ ਹਾਂ ਤਮਾਮ ਵਪਾਰੀ ਸੱਜਣਾਂ ਦੇ ਜੋ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਖਾਸ ਤੌਰ 'ਤੇ ਤੁਹਾਡਾ, ਜੋ ਤੁਸੀਂ ਸੁਣਨ ਤੋਂ ਬਾਅਦ ਜਿੰਨੇ ਕੁ ਸਾਡੇ ਕੋਲ ਸਪੋਂਸਰ ਨੇ ਉਹਨਾਂ ਨੂੰ ਤੁਸੀਂ ਸਾਥ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ। ਲੋਟਸ ਫਿਊਨਰਲ ਹੋਮ
ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ, ਤੁਸੀਂ ਆਪਣੀ ਧਾਰਮਿਕ ਰੌਰੀਤਾਂ ਦੇ ਮੁਤਾਬਕ ਉਸ ਨੂੰ ਵਿਦਾ ਕਰਨਾ। ਆਲਵੇਜ਼ ਰਿਮੈਂਬਰ 121 ਸਿਟੀ ਵਿਊ ਐਕਸਟੈਲ 34 ਵਿਲ ਕਿਚਨਰ 647-287-17 ਤਾਜ਼ਾ ਸਬਜ਼ੀਆਂ ਜਿੰਦੀ ਜਾਨ ਨੂੰ ਚਾਹੀਦੀਆਂ ਹੁਣ, ਹਰ ਚੀਜ਼ਾਂ 'ਤੇ ਤੁਸੀਂ ਲੈ ਕੇ ਆਉਣੀਆਂ ਨੇ, ਸਾਗ ਚੱਪਣ ਕੱਦੂ, ਹਲਵਾ ਕੱਦੂ, ਮਿਰਚਾਂ, ਮੇਥਾ, ਪਾਲਕ, ਅਤੇ ਤੁਹਾਨੂੰ ਟੋਰਾਂਟੋ ਦੇ ਓਨਟੇਰੀਓ ਦੇ ਵਿੱਚ ਜਿਹੜੇ ਸਾਡੇ ਸੁਣਨ ਵਾਲੇ ਨੇ, ਸਪੈਸ਼ਲ ਗੰਦਲਾਂ ਦਾ ਸਾਗ ਤੁਸੀਂ ਖਾਣ ਦੇ ਸ਼ੌਕੀਨ ਹੋ, ਇੰਝ ਲੱਗੇਗਾ ਜਿਵੇਂ ਆਪ ਹੱਥਾਂ ਨਾਲ ਤੋੜਿਆ, ਤਾਂ ਤੁਹਾਨੂੰ ਜਾਣਾ ਪਵੇਗਾ 1250 ਏਅਰਪੋਰਟ ਰੋਡ 'ਤੇ। ਤੁਸੀਂ ਕਮਰਸ਼ਲ 'ਚ ਵੈਸੇ ਸਾਰਾ ਕੁਝ ਦੇਖ ਰਹੇ ਹੋ, ਸਾਰਾ ਸਮਾਨ ਉੱਥੇ ਨੱਕੋ ਨੱਕ ਭਰਿਆ, ਨਵੀਂ ਸ਼ਿਪਮੈਂਟ ਦੇ ਵਿੱਚ ਬਹੁਤ ਸਾਰਾ ਸਮਾਨ ਹੋਰ ਵੀ ਆਇਆ। ਨੰਬਰ 905-840-9000। ਆਪਣਾ ਵਪਾਰ ਪ੍ਰਮੋਟ ਕਰਨ ਵਾਸਤੇ ਮੇਰਾ ਨੰਬਰ ਹੈ 4167167794। ਮਾਲਟਨ 'ਚ ਗਹਿਣੇ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਿਊਲਰੇਸਿਸ ਨੂੰ ਸਪੋਂਸਰ ਕਰਦੇ ਨੇ, ਕੰਗਨ, ਕੜੇ, ਚੁਮਕੇ, ਵਾਲੀਆਂ, ਜਿਹੜਾ ਉਸ ਸਾਈਡ ਖੂਬਸੂਰਤ ਰੈਡ ਰੋਜ਼ ਦੀਆਂ ਕੜੀਆਂ ਲਈ 905-671-4290। ਪ੍ਰੋਪਰਟੀ ਵੇਚਣੀ ਖਰੀਦਣੀ ਹੋਵੇ, M2 ਜੋਨਿੰਗ ਬਾਰੇ ਗੱਲਬਾਤ ਕਰਨੀ ਹੈ, ਤੁਹਾਡੇ ਕੋਲ ਕੋਈ ਪ੍ਰੋਪਰਟੀ ਹੈ, ਤੁਸੀਂ ਉਸਦੀ ਫੁੱਲ ਪਲੈਜ ਐਡਵਰਟਾਈਜਮੈਂਟ ਕਰਵਾ ਕੇ ਉਸ ਨੂੰ ਵੇਚਣਾ ਚਾਹੁੰਦੇ ਹੋ, ਔਰ ਲੰਡਨ ਓਨਟੇਰੀਓ ਦੇ ਵਿੱਚ ਜੁੰਟ ਨੇਅਰ ਸ਼ੁਰੂ ਦੇ ਕੋਲ ਮੇਵਿਸ ਡੰਡਾਸ ਦੇ ਨਜ਼ਦੀਕ ਸ਼ਾਨਦਾਰ ਪਲਾਜ਼ਾ ਬਣ ਰਿਹਾ। ਇਸ ਤੋਂ ਇਲਾਵਾ ਕੋਈ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਲੈਣ ਲਈ ਰੀਅਲ ਸਟੇਟ ਦੇ ਵਿੱਚ ਰੀਮੈਕਸ ਗੋਲਡ ਰੈਲੀ ਦੇ ਅਰਸ਼ ਐਜ਼ ਏ ਬ੍ਰੋਕਰ 416-303-1515 ਲਓ। ਫਿਰ ਹੁਣ ਹਿੰਦੀ ਸਮਾਚਾਰ ਲੈ ਕੇ ਵਾਪਸ ਆ ਰਿਹਾ, ਸੁਣਦੇ ਰਹਿਣਾ ਰੰਗਲਾ ਪੰਜਾਬ। You are listening to CNN Toronto, Chawla News Network, Toronto.